ਨਿਆਵ ਗੋਗਨ ਦੀ ਚਾਰੋਂ ਕੋਈ ਮਾਟੀ ਕਾ ਕੀ ਧੂਮੀ ਮਾਨਸ ਕੀ ਗਤਿ ਕਤ ਹੈ ਨਾ ਛੂਪੇ ਕਿਨ ਕਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਅੰਮ੍ਰਿਤ ਪਾਰ ਉਤਾ ਕਮਤ ਦੇਹੋ ਦਰਬ ਜਿਤ ਤੁਮਹਿ ਆਰਾਧਾ ਨਾਲਕ ਮੰਗੇ ਰਬ ਰੇਨ ਪਗ ਸਾਦਾ ਆਰ ਅਥਾਹ ਅਗਣਤ ਤੁਲੇ ਜਿਉਂ ਬੋਲਾ ਵਾਹੋ ਤਿਉ ਨਾਲਾਸ ਬੋਲੇ ਸਤਨਾਪਾ ਵਾਹਿਗੁਰੂ ਸਾਹਿਬ ਜੀਓ ਆ ਜਨਮ ਹੈ ਹੈ ਆਪੂ ਆ ਭਰਨ ਹੈ ਆ ਜਨਮ ਹੈ ਹੈ ਪਰਮਾਨਿਯੋ ਗੁਰੂ ਰੂਪ ਖਾਲਸਾ ਸਰਬਾਤ ਸੰਗਤ ਰਸਨਾ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸਾਹਿਬੇ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ੍ਰੀ ਮੁਖਵਾਕ ਗੁਰਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਨ ਕਰਦੇ ਆ ਰਹੇ ਹੋ ਤਕਰੀਬਨ 32 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ ਚਾਤਰੀ ਛੰਦ ਅਰੂਪ ਹੈ ਅਨੂਪ ਹੈ ਇਸ ਸ਼ਾਂਦੀਆਂ 32 ਪੌੜੀਆਂ ਹੋ ਚੁੱਕੀਆਂ ਨੇ ਇਸ ਤੋਂ ਅੱਗੇ 33ਵੀਂ ਪੌੜੀ ਅੰਦਰ ਵਾਹਿਗੁਰੂ 34ਵੀਂ ਪੌੜੀ ਅੰਦਰ ਆਨੰਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਕਿਰਪਾ ਕਰਦੇ ਹੋਏ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਨੇ ਆਪ ਸਾਰੀਆਂ ਸੰਗਤਾਂ ਤਵੱਜੋ ਦੇ ਕੇ ਬੜੇ ਧਿਆਨ ਦੇ ਨਾਲ ਦਾਸਾਂ ਦੀ ਇਹ ਹਾਜ਼ਰੀ ਕਥਾ ਦੀ ਸੇਵਾ ਨੂੰ ਸਫਲਕ ਬਣਾਉਣ ਵਾਸਤੇ ਬੜੇ ਪ੍ਰੇਮ ਦੇ ਨਾਲ ਇਸ ਮਹਾਨ ਕਥਾ ਨੂੰ ਸ਼੍ਰਵਣ ਕਰਨ ਦਾ ਯਤਨ ਕਰੋ ਜੀ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਮੇਸ਼ਰ ਹੈ ਉਹ ਰੰਗ ਰੂਪ ਤੋਂ ਰਹਿਤ ਹੈ ਤੇ ਜਿੰਨਾ ਭੇਦ ਆਉਂਦਾ ਉਹ ਰੰਗ ਰੂਪ ਦੇ ਵਿੱਚ ਆਉਂਦਾ ਹੈ ਜਿੰਨਾ ਫਰਕ ਆਉਂਦਾ ਹੈ ਇਹ ਸਾਰਾ ਰੰਗ ਰੂਪ ਦੇ ਅੰਦਰ ਹੈ ਨਾਮ ਰੂਪ ਦੇ ਅੰਦਰ ਜੇ ਕਹਿ ਲਈਏ ਵਿਦਵਾਨਾਂ ਦੀ ਭਾਸ਼ਾ ਅਨਸਾਰ ਇਸ ਕਰਕੇ ਬਿਰਤੀ ਪ੍ਰਭাকর ਦੇ ਕਰਤਾ ਸੰਤ ਨਿਸ਼ਚਲ ਦਾਸ ਜੀ ਨੇ ਦੁਨੀਆਂ ਦੀ ਵਿਆਖਿਆ ਕਰਦਿਆਂ ਵੀ ਉਹਨਾਂ ਨੂੰ ਪੁੱਛਿਆ ਵੀ ਦੁਨੀਆ ਕਿਨੂੰ ਕਹਿੰਦੇ ਆ ਉਹਨਾਂ ਆਖਿਆ ਵੀ ਜਿੱਥੇ ਦੋ ਚੀਜ਼ਾਂ ਆਉਣ ਨਾਮ ਤੇ ਰੂਪ ਹਰ ਵਸਤੂ ਦਾ ਨਾਮ ਹੈ ਹਰ ਵਸਤੂ ਦਾ ਰੂਪ ਹੈ ਭਾਵ ਜਿਹੜੀ ਵੀ ਚੀਜ਼ ਦਿਖਣ ਵਿੱਚ ਆਉਂਦੀ ਹੈ ਸੁਣਨ ਵਿੱਚ ਆਉਂਦੀ ਹੈ ਉਹਦੇ ਦੋ ਚੀਜ਼ਾਂ ਤੇ ਹੁੰਦੀਆਂ ਪੱਕੀਆਂ ਇੱਕ ਨਾਮ ਇੱਕ ਰੂਪ ਤੇ ਪ੍ਰਮਾਤਮਾ ਕਿਦਾਂ ਦਾਵਾ ਜਿਹੜਾ ਨਾਮ ਰੂਪ ਤੋਂ ਰਹਿਤ ਹੈ ਨਾ ਤੇ ਦਿਖਣ ਦੇ ਵਿੱਚ ਆਉਂਦਾ ਹੈ ਤੇ ਸਿਰਫ ਸਮਝਣ ਵਾਸਤੇ ਸਾਡੀ ਸੁਰਤੀ ਬਿਰਤੀ ਵਿੱਚ ਉਹ ਚੀਜ਼ ਟਿਕ ਜਾਵੇ ਵਸ ਜਾਵੇ ਇਸ ਕਰਕੇ ਗੁਰਬਾਣੀ ਨੇ ਮਹਾਤਮਾ ਨੇ ਅਵਤਾਰੀ ਪੁਰਸ਼ਾਂ ਨੇ ਉਹਨੂੰ ਨਾਮ ਦਿੱਤੇ ਨੇ ਸਮਝਾਉਣ ਵਾਸਤੇ ਕਿਉਂ ਅਨਾਮ ਵਸਤੂ ਸਮਝ ਵਿੱਚ ਨਹੀਂ ਆਉਂਦੀ ਹੁਣ ਸਤਿਗੁਰੂ ਜੀ ਧੰਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਿੰਦੁਸਤਾਨ ਦੇ ਲੋਕਾਂ ਨੂੰ ਏਕਤਾ ਵਿੱਚ ਪਰੋਣਾ ਚਾਹੁੰਦੇ ਸਨ ਏਕਤਾ ਵਿੱਚ ਪਰੋਣ ਵਾਸਤੇ ਉਹਨਾਂ ਨੇ ਐਸੇ ਪ੍ਰਮਾਤਮਾ ਦਾ ਵਿਖਿਆਨ ਕੀਤਾ ਜਿਹੜਾ ਪ੍ਰਮਾਤਮਾ ਰੰਗ ਰੂਪ ਤੋਂ ਰਹਿਤ ਹੈ ਉਦਾਹਰਣ ਦੇ ਤੌਰ ਤੇ ਆਪਾਂ ਪਹਿਲਾਂ ਵੀ ਸੁਣਿਆ ਅੱਜ ਵੀ ਸੁਣਾਗੇ ਅਰੂਪ ਹੈ ਅਨੂਪ ਹੈ ਆਜੂ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਦੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਰਹੀ ਹੈ ਇੱਕ ਔਕੜ ਜਿਹੜੀ ਆ ਸਦੀਆਂ ਤੋਂ ਇੱਥੇ ਤੁਰੀ ਆਉਂਦੀ ਹੈ ਇਹ ਕੀ ਔਕੜ ਉਹ ਕੀ ਕਿ ਇਹ ਕਦੀ ਵੀ ਏਕਤਾ ਵਿੱਚ ਪਰੋਏ ਨਹੀਂ ਜਾ ਸਕੇ ਕਦੀ ਵੀ ਏਕਤਾ ਦੇ ਵਿੱਚ ਨਹੀਂ ਵੱਜੇ ਜਿਸ ਕਰਕੇ ਇਹ ਦੂਜੀਆਂ ਕੌਮਾਂ ਦੇ ਗੁਲਾਮ ਰਹੇ ਨੇ ਭਾਵੇਂ ਕਿ ਇਹਨਾਂ ਦਾ ਆਪਣਾ ਸੱਭਿਆਚਾਰ ਬਹੁਤ ਵੱਡਾ ਹੈ ਫਲਸਫੀ ਬੜੀ ਵੱਡੀ ਹੈ ਬੜੀ ਪੁਰਾਣੀ ਸੰਸਕ੍ਰਿਤੀ ਆ ਇਸ ਦੇਸ਼ ਦੀ ਪਰ ਇਥੇ ਇੱਕ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਬਾਕੀ ਸਭ ਜਵਾਬ ਨੇ ਇਹਨਾਂ ਕੋਲ ਹਰ ਸਮੱਸਿਆ ਦਾ ਹੱਲ ਹੈ ਪਰ ਇੱਕ ਸਮੱਸਿਆ ਭਾਰਤ ਵਰਸ਼ ਦੇ ਵਿੱਚ ਰਹੀ ਹੈ ਤੇ ਅੱਜ ਵੀ ਹੈ ਉਹ ਕੀ ਕਿ ਇਹਨਾਂ ਵਿੱਚ ਕੌਮੀ ਏਕਤਾ ਨਹੀਂ ਪੈਦਾ ਹੋ ਸਕੀ ਜਿੰਨੂੰ ਵਿਦਵਾਨ ਕਹਿ ਦਿੰਦੇ ਨਾ ਜੱਕੀ ਅਹਿਤੀ ਜਾਂ ਯਗਾਨਗ ਕੌਮੀ ਇਕਤਾ ਹੁਣ ਇਹਦੇ ਪਿੱਛੇ ਕਈ ਕਾਰਨ ਇਦਾਂ ਦੇ ਵੀ ਨੇ ਵੀ ਇਹ ਦੇਸ਼ ਬੜਾ ਵੱਡਾ ਹੈ ਤੇ ਜਿੱਡਾ ਵੱਡਾ ਦੇਸ਼ ਹੈ ਇਹਦੇ ਸੱਭਿਆਚਾਰ ਵੀ ਬਹੁਤ ਜ਼ਿਆਦੇ ਨੇ ਟ੍ਰੈਡੀਸ਼ਨ ਵੱਖੋ ਵੱਖਰੇ ਨੇ ਅਨੇਕਾਂ ਬੋਲੀਆਂ ਨੇ ਪਹਿਰਾਵੇ ਨੇ ਅਨੇਕਾਂ ਧਰਮ ਤੇ ਤਰ੍ਹਾਂ ਦੇ ਰੀਤੀ ਰਿਵਾਜ ਨੇ ਅਨੇਕਾਂ ਧਰਮ ਨੇ ਤੇ ਅਨੇਕਾਂ ਹੀ ਇਨਾਂ ਨੇ ਰੱਬ ਮੰਨੇ ਹੋਏ ਨੇ ਆਪੋ ਆਪਣੇ ਜਿੱਥੇ ਬੋਲੀਆਂ अनेका ਨੇ ਪਹਿਰਾਵੇ अनेका ਨੇ ਰੀਤੀ ਰਿਵਾਜ ਵੱਖਰੇ ਨੇ ਉਥੇ ਕਮਾਲ ਦੀ ਗੱਲ ਹੈ ਵੀ ਧਰਮ ਰਸਮਾਂ ਤਿਲਕ ਮਾਲਾ ਇੱਥੋਂ ਤੱਕ ਦੇਵਤੇ ਵੀ ਵੱਖੋ ਵੱਖਰੇ ਨੇ ਆਪੋ ਆਪਣੇ ਦਸਵੀਂ ਸਦੀ ਤੋਂ ਪਹਿਲਾਂ ਭਾਰਤ ਵਰਸ਼ ਦੀ ਇਹ ਸਮੱਸਿਆ ਬਹੁਤ ਜ਼ੋਰਦਾਰ ਰਹੀ ਹੈ ਤੇ 10ਵੀਂ ਸਦੀ ਤੋਂ ਬਾਅਦ ਜਦੋਂ ਇਹ ਗੁਲਾਮ ਹੋ ਗਿਆ ਮੁਸਲਮਾਨ ਕੌਮ ਦਾ ਇਹ ਦੇਸ਼ ਗੁਲਾਮ ਹੋ ਗਿਆ ਤਾਂ ਇਹਦੇ ਵਿੱਚ ਇੱਕ ਸਮੱਸਿਆ ਇਹ ਹੋਰ ਵੀ ਵਧੀ ਹੈ ਮੁਸਲਮਾਨਾਂ ਦੇ ਆਉਣ ਦੇ ਨਾਲ ਇੱਕ ਕੌਮ ਹੋਰ ਵਗੀ ਏਕਤਾ ਤੇ ਅੱਗੇ ਨਹੀਂ ਸੀ ਹੈਗੀ ਇਨਾਂ ਚ ਹੋਰ ਬਿਖਰ ਗਈ ਤੇ ਫੇਰ ਇਹ ਉਹਨਾਂ ਤੋਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਰਿਆ ਤੇ ਅੰਗਰੇਜ਼ ਸਭ ਤੋਂ ਵੱਧ ਰਾਜਨੀਤੀ ਦਾ ਮਾਰਕਾਉਣ ਹੈ ਅੰਗਰੇਜ਼ ਕੌਮ ਦੀ ਗੀ ਜਿਹਦਾ ਸਿੰਪਲ ਜਿਹਾ ਰੂਲ ਹੈ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਫੁੱਟ ਪਾਓ ਤੇ ਆਬਦੀ ਚਲਾਓ ਹੁਣ ਇੱਥੇ ਸਵਾਲ ਪੈਦਾ ਹੁੰਦਾ ਵੀ ਕਿਸੇ ਨੇ ਵੀ ਯਤਨ ਨਹੀਂ ਕੀਤਾ ਵੀ ਇਹਨਾਂ ਵਿੱਚ ਕੌਮੀ ਏਕਤਾ ਪੈਦਾ ਹੋਵੇ, ਪ੍ਰੇਮ ਪੈਦਾ ਹੋਵੇ ਤਾਂ ਇਹ ਗੱਲ ਨਹੀਂ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਯਤਨ ਹੋਇਆ ਉਹ ਯਤਨ ਦਾ ਨਾਂ ਕੀ ਆ ਭਗਤੀ ਲਹਿਰ ਭਗਤੀ ਲਹਿਰ ਨੇ ਆਖਿਆ ਵੀ ਰੱਬ ਕਿਸੇ ਵੱਡੀ ਕੌਮ ਦਾ ਨਹੀਂ ਹੈ। ਕਿਸੇ ਇੱਕ ਪਰਿਵਾਰ ਦਾ ਨਹੀਂ ਆ, ਕਿਸੇ ਇੱਕ ਖਾਨਦਾਨ ਦਾ ਨਹੀਂ ਆ ਵੀ ਰੱਬ ਅਮੀਰੀ ਦਾ ਨਹੀਂ ਆ, ਰੱਬ ਹਰੇਕ ਦਾ ਹੀ ਹੈ ਜਿਹੜਾ ਉਹਦੇ ਨਾਲ ਪ੍ਰੇਮ ਕਰੇ। ਉਹ ਜਾਤ ਪਾਤ ਚ ਨਹੀਂ ਵੰਡਿਆ ਜਾ ਸਕਦਾ। ਉਦਾਹਰਨ ਦੇ ਤੌਰ ਤੇ ਪ੍ਰਸਿੱਧ ਆਚਾਰੀਆ ਰਾਮਾਨੋਜ ਮਾਧਵਾਚਾਰੀਆ ਜੀ, ਵੱਲਬ ਜੀ ਜਾਂ ਫਿਰ ਮਹਾਰਾਸ਼ਟਰ ਦੇ ਵਿੱਚ ਕੌਣ ਹੋਏ ਭਗਤ ਨਾਮਦੇਵ ਜੀ। ਔਰ ਬੰਗਾਲ ਦੇ ਵਿੱਚ ਚੈਤਾਨਨ ਮਹਾਪ੍ਰਭੂ ਜੀ ਹੋਏ ਨੇ ਔਰ ਸ਼੍ਰੀ ਕਬੀਰ ਸਾਹਿਬ ਮਹਾਰਾਜ ਹੋਏ ਨੇ ਮਹਾਰਾਜ ਅਰਵਦਾਸ ਜੀ ਹੋਏ ਨੇ ਇਹਨਾਂ ਨੇ ਧਰਮ ਦੇ ਰਾਹੀਂ ਕੌਮੀ ਏਕਤਾ ਪੈਦਾ ਕਰਨ ਦਾ ਯਤਨ ਕੀਤਾ ਇਹਨਾਂ ਨੇ ਬੜੀ ਵੱਡੀ ਲਹਿਰ ਚਲਾਈ ਹੈ ਅੱਜ ਵੀ ਕਬੀਰ ਪੰਥੀ ਤੁਹਾਨੂੰ ਮਿਲਣ ਅੱਜ ਵੀ ਕਬੀਰ ਸਾਹਿਬ ਦਾ ਜਿਹੜਾ ਰਾਹ ਹੈ ਉਹਦੇ ਤੇ ਚੱਲਣ ਵਾਲੇ ਕਬੀਰ ਪੰਥੀਏ ਤੁਹਾਨੂੰ ਮਿਲ ਜਾਣਗੇ ਪਰ ਜਿੱਡੀ ਵੱਡੀ ਸਫਲਤਾ ਏਕਤਾ ਦੇ ਵਿੱਚ ਬੰਨਣ ਵਾਸਤੇ ਸਿੱਖ ਧਰਮ ਰੂਪ ਤਜਰਬੇ ਨੂੰ ਮਿਲੀ ਨਾ ਇੱਥੇ ਦਾਸ ਸ਼ਬਦ ਵਰਤੂਗਾ ਤਜਰਬਾ ਐਕਸਪੈਰੀਮੈਂਟ ਜਿੱਡੀ ਵੱਡੀ ਸਫਲਤਾ ਗੁਰੂ ਸਾਹਿਬ ਨੇ ਹਾਸਲ ਕੀਤੀ ਹੈ ਏਡੀ ਵੱਡੀ ਕਿਸੇ ਨੂੰ ਨਹੀਂ ਧੰਨ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਉਹਨਾਂ ਤੋਂ ਲੈ ਕੇ ਹੁਣ ਉਹਨਾਂ ਨੇ ਸਤ ਸੰਗਤ ਸਾਰਿਆਂ ਦੀ ਸਾਂਝੀ ਕੀਤੀ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਹਨਾਂ ਨੇ ਸਾਰਿਆਂ ਦੀ ਸਾਂਝੀ ਭਾਸ਼ਾ ਗੁਰਮੁਖੀ ਪੈਦਾ ਕੀਤੀ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹਨਾਂ ਨੇ ਸਾਰਿਆਂ ਦੇ ਵਾਸਤੇ ਇੱਕ ਪੰਗਤ ਲੰਗਰ ਮਰਿਆਦਾ ਪੈਦਾ ਕੀਤੀ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਭ ਤੋਂ ਵੱਡੀ ਭੇਟ ਕਾਦੀ ਹੈ। ਸ਼ੂਤ ਸ਼ਾਤ ਬੰਦਾ ਬੰਦੇ ਤੋਂ ਇੰਨੀ ਨਫ਼ਰਤ ਕਰਦਾ ਸੀ ਵੀ ਜੇ ਪਰਛਾਵਾਂ ਵੀ ਪੈ ਜੇ ਨਾ ਪਰਛਾਵਾਂ ਤਾਂ ਵੀ ਉਹ ਸਮਝਦਾ ਸੀ ਵੱਡੀ ਜਾਤ ਵਾਲਾ ਵੀ ਅਸੀਂ ਪਿੱਟੇਗੇ ਤੇ ਸਾਨੂੰ ਨਾਉਣਾ ਪੈਣਾ ਤੇ ਸਜ਼ਾ ਵੱਖਰੀ ਮਿਲਨੀ ਗਰੀਬ ਬੰਦੇ ਨੂੰ ਜੇ ਗਰੀਬ ਬੰਦਾ ਮੇਰੇ ਨਾਲ ਦੀ ਲੰਘ ਗਿਆ ਜਾਂ ਵੱਡੀ ਤਾਂ ਇਸ ਤਰ੍ਹਾਂ ਦੇ ਹਾਲਾਤ ਸ਼ੂਤ ਸ਼ਾਤ ਭੇਦ ਭਾਵ ਜਾਤ ਪਾਤ ਹੁਣ ਗੁਰੂ ਰਾਮਦਾਸ ਸਾਹਿਬ ਜੀ ਨੇ ਸਰੋਵਰ RAMDAS ਸਰੋਵਰ ਨਾਤੇ ਅੱਜ ਵੀ ਜਿਹੜੇ ਜਾਤ ਪਾਤ ਦੇ ਭੇਤ ਭਾਵ ਦੇ ਵਿੱਚ ਫਸੇ ਹੋਏ ਲੋਕ ਨੇ ਨਾ ਉਹ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਤੋਂ ਬਹੁਤ ਨਫ਼ਰਤ ਕਰਦੇ ਕਿਉਂ ਉੱਥੇ ਗਰੀਬ ਨੇ ਵੀ ਇਸ਼ਨਾਨ ਕਰਨਾ ਉੱਥੇ ਅਮੀਰ ਨੇ ਵੀ ਇਸ਼ਨਾਨ ਕਰਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜੀ ਦੇ ਵਿੱਚ ਹਰੇਕ ਮਹਾਂਪੁਰਸ਼ ਦੀ ਬਾਣੀ ਧੰਨ ਗੁਰੂ ਹਰगोबिंद ਸਾਹਿਬ ਨੇ ਮੀਰੀ ਪੀਰੀ ਦਾ ਤਖਤ ਰਚਿਆ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸੂਰਮਤਾਈ ਦਿੱਤੀ ਧੰਨ ਗੁਰੂ ਹਰ राय ਸਾਹਿਬ ਨੇ ਬਾਗ ਬਗੀਚੇ ਲਾਏ ਮਾਤਾ ਵਰਨ ਦਾ ਖਿਆਲ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੇ ਲੋਕਾਂ ਦਾ ਦੁੱਖ ਦੂਰ ਕੀਤਾ ਭਾਵੇਂ ਕਿ ਉਹ ਸਾਰੇ ਸਿੱਖ ਨਹੀਂ ਤੇ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਸ਼ਹੀਦੀ ਦਿੱਤੀ ਏਡੀ ਵੱਡੀ ਲਹਿਰ ਚੱਲੀ ਕਿ ਉਹ ਸ਼ਹੀਦੀ ਸੀ ਧਰਮ ਦੀ ਖਾਤਰ ਤੇ ਸਾਰਾ ਦੇਸ਼ ਇੱਕ ਮੁਠ ਕੀਤਾ ਹੁਣ ਧੰਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਵੀ ਨਾਨਕ ਲਹਿਰ ਨੂੰ ਖਾਲਸਾ ਲਹਿਰ ਦਾ ਨਾਮ ਦਿੱਤਾ ਤੇ ਖਾਲਸੇ ਦੇ ਵਿੱਚ ਪੰਜ ਸਿੱਖ ਮੁਖੀ ਰਖੇ ਉਹ ਕੌਣ ਸੀ ਪੰਜ ਪਿਆਰੇ ਤੇ ਕਮਾਲ ਦੀ ਗੱਲ ਹੈ ਉਹ ਜਿਹੜੇ ਪੰਜ ਪਿਆਰੇ ਸੀ ਉਹ ਕਿਸੇ ਇੱਕ ਦੇਸ਼ ਦੇ ਨਹੀਂ ਉਹਨਾਂ ਦਾ ਇਲਾਕਾ ਵੱਖਰਾ ਹੈ ਜਾਤ ਵੱਖਰੀ ਹੈ ਹਰੇਕ ਦੀ ਤਾਂ ਉਹਨਾਂ ਪੂਰੇ ਹੀ ਭਾਰਤ ਵਰਸ਼ ਨੂੰ ਲਿਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਏਡੇ ਵੱਡੇ ਯਤਨ ਕੀਤੇ ਅੱਜ ਉਹਦੇ ਕਰਕੇ ਦੇਖੋ ਤੁਸੀਂ ਲੰਗਰ ਕੋਈ ਵੀ ਛੱਕ ਸਕਦਾ ਹੈ ਅੰਮ੍ਰਿਤ ਕੋਈ ਵੀ ਛੱਕ ਸਕਦਾ ਹੈ ਬਾਣੀ ਕੋਈ ਵੀ ਪੜ ਸਕਦਾ ਹੈ ਸੰਗਤ ਵਿੱਚ ਕੋਈ ਵੀ ਬਹਿ ਸਕਦਾ ਹੈ ਨਾਮ ਕੋਈ ਵੀ ਜਪ ਸਕਦਾ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰ ਕੀਤੀ ਵੀ ਇੱਕ ਭੇਦ ਇਹਨਾਂ ਦਾ ਨਹੀਂ ਨਿਕਲਦਾ ਉਹ ਕੀ ਰੱਬ ਦਾ ਭੇਦ ਗੁਰੂ ਨਾਨਕ ਦੇਵ ਸਾਹਿਬ ਦੇ ਵੇਲੇ ਵੀ ਓੰਕਾਰ ਚ ਕਿੰਨੇ ਭੇਦ ਸੀ ਮਹਾਰਾਜ ਨੇ ਅੱਗੇ ਏਕਾ ਲਾਤਾ ਨਹੀਂ ਬਈ ਇੱਕ ਹੀ ਆ ਤਿੰਨ ਭੇਦ ਤੇ ਪ੍ਰਸਿੱਧ ਆ ਨਾ ਪਾਲਣ ਵਾਲਾ ਹੋਰ ਹੈ ਪੈਦਾ ਕਰਨ ਵਾਲਾ ਹੋਰ ਹੈ ਤੇ ਮਾਰਨ ਵਾਲਾ ਹੋਰ ਹੈ ਖਤਮ ਕਰਨ ਵਾਲਾ ਹੋਰ ਹੈ ਤੇ ਮਹਾਰਾਜ ਨੇ ਕੀ ਲਾ ਦਿੱਤਾ ਅੱਗੇ ਇੱਕ ਇੱਕ ਹੀ ਪੈਦਾ ਕਰਦਾ ਹੈ ਇੱਕ ਹੀ ਪਾਲਦਾ ਹੈ ਤੇ ਇੱਕ ਹੀ ਜਦੋਂ ਬੰਦੇ ਦੀ ਉਮਰ ਪੂਰੀ ਹੁੰਦੀ ਹੈ ਬੰਦਾ ਖਤਮ ਹੋ ਜਾਂਦਾ ਹੈ ਲੈ ਹੋ ਜਾਂਦਾ ਹੈ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਦੇਖਿਆ ਵੀ ਜੇ ਬਾਹਰ ਦੇ ਤੌਰ ਤੇ ਰੱਬ ਦੀ ਏਕਤਾ ਕਰੀਏ ਤੇ ਹੁੰਦੀ ਨਹੀਂ ਹੁਣ ਤੁਸੀਂ ਵੇਖੋਗੇ ਵੀ ਹਿੰਦੁਸਤਾਨ ਚ ਕਈ ਪਰਮਾਤਮਾ ਦੇ ਸਰੂਪ ਇਦਾਂ ਦੇ ਮੰਨੇ ਗਏ ਨੇ ਕਈ ਦੇਵਤੇ ਇਦਾਂ ਦੇ ਬਣਾਏ ਨੇ ਜਿਹਦੀਆਂ ਚਾਰ ਬਾਹਾਂ ਹਨ ਉਹਦਾ ਮਤਲਬ ਕੀ ਆ ਮਤਲਬ ਤੇ ਆ ਵੀ ਉਹਦੀ ਚਾਰੇ ਪਾਸੇ ਚਲਦੀ ਹੈ ਹਰ ਦਿਸ਼ਾ ਚ ਉਹਦਾ ਪਹਿਰਾ ਵਾ ਬੋਲ ਬਾਲਾ ਵਾ ਤਾਕਤ ਅ ਹੁਣ ਕਿਸੇ ਪ੍ਰਮਾਤਮਾ ਦੇ ਸਰੂਪ ਦੇ ਚਾਰ ਮੂੰਹ ਨੇ ਪੰਜ ਮੂੰਹ ਨੇ ਜੀ ਕਿਸੇ ਦੇ ਚਾਰ ਨੇ ਉਹਦਾ ਮਤਲਬ ਕੀ ਹੈ ਉਹ ਸਾਰੇ ਵਸਤੂਆਂ ਦਾ ਗਿਆਤਾ ਹੈ ਪਦਾਰਥਾਂ ਦਾ ਗਿਆਤਾ ਹੈ ਸਾਰਿਆਂ ਗਿਆਨਾਂ ਦਾ ਭੰਡਾਰ ਹੈ ਗੱਲ ਤੇ ਇੰਨੀ ਕੀ ਐ ਸਮਝਾਉਣ ਦੀ ਸਿੱਖਿਆ ਹੀ ਐ ਹੁਣ ਚਾਰ ਬਾਵਾ ਦਾ ਮਤਲਬ ਕੀ ਐ ਚਾਰ ਪਦਾਰਥ ਜੇ ਕੋ ਮੰਗ ਐ ਸਾਧ ਜਣਾ ਕੀ ਸੇਵਾ ਲਾਗੇ ਜੋ ਤੂੰ ਚਾਹਣਾ ਰੱਬ ਦੇ ਸਕਦਾ ਤਾਂ ਮਹਾਰਾਜ ਨੇ ਐਸੇ ਰੱਬ ਦਾ ਵਿਖਿਆਨ ਕੀਤਾ ਪਰਮਾਤਮਾ ਦਾ ਜਿਹੜਾ ਰੰਗ ਰੂਪ ਰਹਿਤ ਐ ਤੇ ਰੰਗ ਰੂਪ ਪਰਮਾਤਮਾ ਰਹਿਤ ਮੁਸਲਮਾਨਾਂ ਚ ਵੀ ਰੰਗ ਰੂਪ ਰਹਿਤ ਮੰਨਿਆ ਈਸਾਈਆਂ ਚ ਵੀ ਮੰਨਿਆ ਵੇਦਾਂ ਚ ਵੀ ਮੰਨਿਆ ਤੇ ਸਿੱਖਾਂ 'ਚ ਤੇ ਮੰਨਿਆ ਹੀ ਆ ਰੂਪ ਨਾ ਰੇਖ ਨਾ ਰੰਗ ਅਗੇ ਛਤਰੇ ਹਕੁਣ ਤੇ ਪ੍ਰਭ ਪਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਤਾਂ ਰੱਬ ਵੀ ਐਸਾ ਦਿੱਤਾ ਮਹਾਰਾਜ ਨੇ ਰੱਬ ਦਾ ਵਖਿਆਨ ਐਸਾ ਕੀਤਾ ਜਿਹਦੇ ਵਿੱਚ ਸਾਰੇ ਹੀ ਪਰੋਏ ਜਾ ਸਕਦੇ ਉਹ ਜਿਹੜਾ ਰੰਗ ਰੂਪ ਰਹਿਤ ਪ੍ਰਮਾਤਮਾ ਵਾ ਉਹ ਹਰ ਥਾਂ ਤੇ ਐ ਹਰ ਜਗ੍ਹਾ ਦੇ ਵਿੱਚ ਨਹੀਂ ਤੇ ਜੇ ਬਾਹਰੋਂ ਵੇਖੋਗੇ ਨਾ ਸਰੀਰਾਂ ਨੂੰ ਵੇਖੋਗੇ ਫੇਰ ਨਹੀਂ ਬਾਣਾ ਨੀ ਹਜ਼ਰਤ ਈਸਾ ਮਸੀਹ ਦੀਆਂ ਦੋ ਬਾਹਾਂ ਨੇ ਕਿਸੇ ਦੇਵਤੇ ਦੀਆਂ ਚਾਰ ਨੇ ਕਿਦਾਂ ਕੰਮ ਰੋਕਾਊਗਾ ਉਹ ਕਹੂਗਾ ਮੇਰਾ ਤਗੜਾ ਚਾਰਾਂ ਵਾਲਾ ਇਦਾਂ ਤਾਂ ਨਹੀਂ ਗੱਲ ਚੱਲਦੀ ਦੇਵੇ ਦੀਆਂ ਅੱਠ ਮੰਨੀਆਂ ਨੇ ਕਿਸੇ ਦੀਆਂ 16 ਨੇ ਕਿਸੇ ਦੇ ਚਾਰ ਮੁਖ ਨੇ ਦੂਜੇ ਨੂੰ ਕਹਵੇ ਤੇਰੇ ਦਾ ਤੇ ਇੱਕ ਮੂੰਹ ਆ ਜੀ ਅੱਗੇ ਵੇਂਦਾ ਤੇ ਪਿੱਛੇ ਨਹੀਂ ਦਿੰਦਾ ਜੇ ਪਿੱਛੇ ਦਿੰਦਾ ਤੇ ਅੱਗੇ ਨਹੀਂ ਦਿੰਦਾ ਉਹਨੂੰ ਤੇਰੇ ਦੇਵਤੇ ਇਦਾਂ ਗੱਲ ਰੋਕ ਨਹੀਂ ਆਉਂਦੀ ਤਾਂ ਰੱਬ ਦਾ ਅਸਲੀ ਸਰੂਪ ਕੀ ਹੈ ਉਹ ਰੰਗ ਰੂਪ ਰਹਤ ਹੈ ਤੇ ਜਾਪ ਸਾਹਿਬ ਦੇ ਵਿੱਚ ਉਸ ਪ੍ਰਮਾਤਮਾ ਦਾ ਜ਼ਿਕਰ ਕੀਤਾ ਜਿਹੜਾ ਹਰ ਸਰੀਰ 'ਚ ਬੈਠਾ ਵਾ ਰੰਗ ਰੂਪ ਰਹਤ ਹੈ ਹਰ ਥਾਂ ਤੇ ਬੈਠਾ ਹੈ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਤੀ ਉਹ ਇਸ ਕਰਕੇ ਮਹਾਰਾਜ ਦੀ ਬਾਣੀ 'ਚ ਐਸੇ ਸ਼ਬਦ ਬਹੁਤ ਆਉਣ ਆਰੂਪ ਹੈ ਅਨੂਪ ਹੈ ਆਜੂ ਹੈ ਆਪੂ ਹੈ ਤਾਂ ਜਾਤਰੀ ਸ਼ਾਂਦੀ ਕਥਾ ਚੱਲਦੀ ਪਈ ਹੈ 33 ਪੌੜੀਆਂ ਦੀ ਕਥਾ ਹੋ ਚੁੱਕੀ ਹੈ ਤਾਂ 34ਵੀਂ ਪੌੜੀ 'ਚ ਸਤਿਗੁਰੂ ਕੀ ਫਰਮਾਉਂਦੇ ਨੇ ਆਓ ਬੜੇ ਪ੍ਰੇਮ ਦੇ ਨਾਲ ਸੁਣ ਦਾ ਯਤਨ ਕਰਿਏ ਤਾਂ ਕਿ ਇਹ ਸਮਾਂ ਸਫਲਾ ਹੋਵੇ ਤਾਂ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਆ ਜਨਮ ਹੈ ਆ ਵਰਨ ਹੈ ਆ ਭੂਤ ਹੈ ਆ ਵਰਨ ਹੈ ਆ ਜਨਮ ਜਿਹੜਾ ਜੰਮਦਾ ਨਹੀਂ ਸਰੀਰ ਜੰਮਦਾ ਵਾ ਮਰਦਾ ਪਰ ਪ੍ਰਮਾਤਮਾ ਕਿਦਾਂ ਦਾ ਵਾ ਜਨਮ ਨਾ ਮਰੇ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਸਮਾਇ ਪ੍ਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਤੇ ਹਰ ਥਾਂ ਤੇ ਬੈਠਾ ਹੋਇਆ ਪਰਿਪੂਰਨ ਵਾ ਪ੍ਰੇਮ ਨਾਲ ਭਾਵਨਾ ਨਾਲ ਯਾਦ ਕਰਨ ਦੀ ਲੋੜ ਅਗਲਾ ਸ਼ਬਦ ਕੀ ਹੈ ਪ੍ਰਮਾਤਮਾ ਕਿਦਾਂ ਦਾ ਹੈ ਆ ਵਰਨ ਹੈ ਹੁਣ ਵਰਨ ਦੇ ਕਈ ਅਰਥ ਹੁੰਦੇ ਆ ਇੱਥੇ ਜੇ ਆਪਾਂ ਵਰਨ ਦਾ ਅਰਥ ਕਰ ਲਈਏ ਵਰਣਨ ਕਿਸੇ ਚੀਜ਼ ਦਾ ਵਰਣਨ ਕਰਨਾ ਕਥਨ ਕਰਨਾ ਤਾਂ ਅਕਾਲ ਪੁਰਖ ਜੀ ਏ ਵਾਹਿਗੁਰੂ ਜੀ ਤੇਰੇ ਸੰਪੂਰਨ ਗੁਣ ਤੇਰੀ ਸੰਪੂਰਨ ਸ਼ਕਤੀ ਤੇਰੀਆਂ ਸੰਪੂਰਨ ਬਰਕਤਾਂ ਦਾਤਾਂ ਕਥਨ ਤੋਂ ਬਾਹਰ ਨੇ ਕਿਸੇ ਗਿਣਤੀ ਚ ਨਹੀਂ ਆਉਂਦੀਆਂ ਕਿਸੇ ਲਿਖਤ ਵਿੱਚ ਨਹੀਂ ਆਉਂਦੀਆਂ ਵੀ ਕਿੰਨੀ ਤੇਰੀ ਸ਼ਕਤੀ ਹੈ ਕਿੱਡੀਆਂ ਤੇਰੀਆਂ ਦਾਤਾਂ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ ਯੁਗਾ ਜੁਗੰਤਰ ਖਾਈ ਖਾਈ ਸਾਡੇ ਤੋਂ ਪਹਿਲਾਂ ਵੀ ਮੰਗਦੇ ਸੀ ਅਰਦਾਸਾਂ ਕਰਦੇ ਸੀ ਹੁਣ ਵੀ ਆਪਾਂ ਮੰਗਦੇ ਆਂ ਅਰਦਾਸਾਂ ਕਰਦੇ ਆਂ ਤੇ ਆਉਣ ਆਲਿਆਂ ਨੇ ਵੀ ਅਰਦਾਸਾਂ ਕਰਨੀਆਂ ਮੰਗਣਾ ਵਾ ਇੱਥੇ ਮੁੱਕ ਥੋੜੀ ਚੱਲਿਆ ਤਾਂ ਵਰਨਨ ਮੈਂ ਨੇ ਕਥਨ ਵੀ ਤੇਰੇ ਗੁਣ ਤੇਰੀ ਸ਼ਕਤੀ ਤੇਰੀਆਂ ਦਾਤਾਂ ਨੂੰ ਕੋਈ ਸੰਪੂਰਨ ਨਹੀਂ ਵਰਨਨ ਕਰ ਸਕਦਾ ਕਈ ਕਹਿ ਦੇਣਗੇ ਨਾ ਵੀ ਬਸ ਜੋ ਮੈਂ ਬੋਲਤਾ ਹੁਣੇ ਤੋਂ ਅੱਗੇ ਕੁਝ ਵੀ ਨਹੀਂ ਵੀ ਰੱਬ ਬਾਰੇ ਮੈਂ ਪੂਰਾ ਪੂਰਾ ਦਾਸ ਤਾਂ ਇਹ ਤੋਂ ਅੱਗੇ ਰੱਬ ਕੁਝ ਵੀ ਨਹੀਂ ਹੈ ਇਦਾਂ ਦੀਆਂ ਗੱਲਾਂ ਰੱਬ ਤੇ ਲਾਗੂ ਨਹੀਂ ਹੁੰਦੀਆਂ ਦੁਨੀਆ ਤੇ ਲਾਗੂ ਹੁੰਦੀਆਂ ਨੇ ਮਹਾਰਾਜ ਨੇ ਸਪਸ਼ਟ ਆਖਿਆ ਹੈ ਧੰਨ ਗੁਰੂ ਰਾਮਦਾਸ ਸਾਹਿਬ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਖੋ ਤੋਂ ਠਾਕੁਰ ਊਚ ਭਗਵਾਨਾ ਕਿੰਨੇਕ ਤੇਰੇ ਗੁਣਾ ਦਾ ਕਥਨ ਕਰਾਂ ਤਾਂ ਹੈ ਵਾਹਿਗੁਰੂ ਤੂੰ ਆ ਵਰਨ ਵਰਨ ਮੈਨੇ ਵਰਨ ਵਰਨਨ ਤੋਂ ਆ ਰਹਿਤ ਹੈ ਅਭੂਤ ਹੈ ਆਪੂਤ ਭੂਤੋ ਕੀ ਅਰਥ ਹੋਇਆ ਪਰਦਾ ਹੋਣ ਵਾਲਾ ਸਰੀਰ ਜਾਂ ਭੂਤ ਦਾ ਅਰਥ ਕੀ ਹੋ ਗਿਆ ਭੂਤ ਕਾਲ ਤਿੰਨ ਕਾਲ ਮੰਨੇ ਨਾ ਵਰਤਮਾਨ ਕਾਲ ਭਵਿਖਤ ਕਾਲ ਭੂਤ ਕਾਲ ਸਮੇਂ ਦੀਆਂ ਤਿੰਨ ਵੰਡਾਂ ਵੰਡਾਂ ਕੀਤੀਆਂ ਗਈਆਂ ਨੇ ਗੁਰਬਾਣੀ ਦੇ ਵਿੱਚ ਚਾਰ ਮੰਨੀਆਂ ਨੇ ਆਦ ਸੱਚ ਜੁਗਾਲ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਰ ਦੁਨੀਆ 'ਚ ਤਿੰਨ ਚੱਲਦੀਆਂ ਨੇ ਤੇ ਜੇ ਭੂਤ ਦਾ ਅਰਥ ਆਪਾਂ ਭੂਤਕਾਲ ਕਰ ਲਈਏ ਤਾਂ ਫੇਰ ਆ ਭੂਤ ਕੇ ਹੇ ਵਾਹਿਗੁਰੂ ਅਕਾਲ ਪੁਰਖ ਜੀ ਤੂੰ ਸਮੇਂ ਦੀਆਂ ਹੱਦਾਂ ਤੋਂ ਰਹਿਤ ਹੈ ਹੱਦ ਬੰਦੀ ਤੂੰ ਰਹਿਤ ਹੈ ਸਮਾਂ ਤੇਰੇ ਤੇ ਲਾਗੂ ਨਹੀਂ ਹੁੰਦਾ ਕਿਉਂ ਜਿਹੜੀ ਚੀਜ਼ ਤੇ ਸਮਾਂ ਲਾਗੂ ਹੁੰਦਾ ਉਹ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਜਿਵੇਂ ਰੋਟੀਆਂ ਨੇ ਬਈਆਂ ਹੋ ਜਾਂਦੀਆਂ ਨੇ ਭੋਜਨ ਨੇ ਬਇਆ ਹੋ ਜਾਂਦਾ ਹੈ ਪਰਮਾਤਮਾ ਉੱਤੇ ਸਮੇਂ ਦੀ ਹੱਦਬੰਦੀ ਨਹੀਂ ਲੱਗਦੀ ਨਾ ਭੂਤ ਭਵਿੱਖ ਵਰਤਮਾਨ ਕਿਸੇ ਹੱਦਬੰਦੀ ਦੇ ਅੰਦਰ ਨਹੀਂ ਹੈ ਪਰਮਾਤਮਾ ਕਿਦਾਂ ਦਾ ਵਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਆਦ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਦਾ ਸੁਖਦਾਈ ਸੰਤੋਖ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਣ ਤੁਸੀਂ ਹੈਰਾਨ ਹੋਵੋਗੇ ਵੀ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਚਿਰ ਹੋ ਗਿਆ ਸਰੀਰ ਛੱਡਿਆ ਜੋਤੀ ਜੋਤ ਸਮਾਇਆ ਹੁਣ ਜੇ ਬਾਹਰਲੇ ਤੌਰ ਤੇ ਵੇਖੀਏ ਤੇ ਉਹਨਾਂ ਦਾ ਸਰੀਰ ਛੱਡਿਆ ਜੋਤੀ ਜੋਤ ਸਮਾਇਆ ਤਤਾਂ ਚ ਲੀਨ ਹੋਇਆ ਬੜਾ ਸਮਾਂ ਹੋ ਗਿਆ ਪਰ ਕੀ ਅੱਜ ਗੁਰੂ ਗੋਬਿੰਦ ਸਿੰਘ ਜੀ ਸਹਾਇਤਾ ਨਹੀਂ ਕਰਦੇ ਜਿਹੜਾ ਯਾਦ ਕਰੇ ਉਹਨਾਂ ਨੂੰ ਸੱਚੇ ਮਨੋਂ ਗੁਰਬਾਣੀ ਤੇ ਕਹਿੰਦੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂ ਰੱਖਦਾ ਆਇਆ ਏ ਪਰਮੇਸ਼ਰ ਤੂੰ ਭਗਤਾਂ ਦੀ ਰੱਖਿਆ ਕਰਦਾ ਹੀ ਹੈ ਸਦਾ ਰੱਖਦਾ ਹੈ ਤੇ ਹੁਣ ਵੀ ਤੂੰ ਰੱਖਿਆ ਕਰਦਾ ਜਿਹੜੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਹੁਣ ਵੀ ਉਹਨਾਂ ਦੀ ਸਹਾਇਤਾ ਕਰਦਾ ਆਪਾਂ ਰੋਜ਼ ਪੜਦੇ ਆਂ ਹਰ ਯੁਗ-ਯੁਗ ਭਗਤੋਂ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਜਿੱਥੇ ਵੀ ਕੋਈ ਭਗਤ ਹੈ ਜਿਹੜੇ ਮਰਜੀ ਸਮੇਂ ਚ ਜੇ ਉਹਨੇ ਸਤਯੁਗ ਚ ਸਹਾਇਤਾ ਕੀਤੀ ਆ ਤ੍ਰੇਤੇ ਚ ਸਹਾਇਤਾ ਕੀਤੀ ਆ ਦਵਾਪਰਤ ਤੇ ਹੁਣ ਕਾਲੀਯੁਗ ਚ ਇਹਦਾ ਮਤਲਬ ਇਹ ਨਹੀਂ ਵੀ ਹੁਣ ਉਹ ਬਾਹ ਫੜਨ ਉੜ ਗਿਆ ਹੁਣ ਵੀ ਸਹਾਇਤਾ ਕਰਦਾ ਤੇ ਗੁਰਬਾਣੀ ਕਹਿੰਦੀ ਆ ਕਥਾ ਪ੍ਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਕਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੇ ਇੱਕ ਕਥਾ ਆਉਂਦੀ ਹੈ ਜੀ ਇੱਕ ਸਾਖੀ ਆਉਂਦੀ ਹੈ ਜਿਹੜੀ ਤੁਹਾਡਾ ਯਕੀਨ ਪੈਦਾ ਕਰ ਦਵੇਗੀ ਵਿਸ਼ਵਾਸ ਪੈਦਾ ਕਰ ਦਵੇਗੀ ਕਿ ਪੰਥ ਦਾ ਵਾਲੀ ਧੰ ਗੁਰੂ ਗੋਬਿੰਦ ਸਿੰਘ ਅੱਜ ਵੀ ਬਾਹ ਫੜਦਾ ਹੈ ਪਰ ਪ੍ਰੇਮ ਸੱਚਾ ਹੋਣਾ ਚਾਹੀਦਾ ਉਹ ਸਾਖੀ ਕੀ ਆਉਂਦੀ ਵੀ ਇੱਕ ਸਿੱਖ ਆਪਣੀ istri ਨੂੰ ਲੈ ਕੇ ਪੰਜੇ ਸਾਹਿਬ ਦੀ ਯਾਤਰਾ ਤੇ ਚਲੇ ਗਿਆ ਰਾਸਤੇ ਦੇ ਵਿੱਚ ਜਦੋਂ ਯਾਤਰਾ ਕਰਦਾ ਪਿਆਸੀ ਇੱਕ ਪਠਾਨ ਮਿਲਿਆ ਪਠਾਨ ਨੇ ਪੁੱਛਿਆ ਸਿੱਖਾ ਕਿੱਥੇ ਚੱਲਿਆ ਹੈ ਤਾਂ ਸਿੱਖ ਕਹਿੰਦਾ ਜੀ ਪੰਜੇ ਸਾਹਿਬ ਦੀ ਯਾਤਰਾ ਤੇ ਤਾਂ ਪਠਾਨ ਬਹੁਤ ਖੁਸ਼ ਹੋਇਆ ਉਹ ਕਹਿੰਦਾ ਤੇ ਬਹੁਤ ਚੰਗੀ ਹੋਈ ਸਾਥ ਬਣ ਗਿਆ ਸਾਥੀ ਮਿਲ ਗਿਆ ਮੈਂ ਵੀ ਉੱਥੇ ਚੱਲਿਆ ਹੁਣ ਮਹਾਰਾਜ ਦਾ ਨਾਮ ਸੁਣ ਕੇ ਸਿੱਖ ਪਸੀਜ ਗਿਆ ਇੱਕ ਰਾਤ ਧਰਮਸ਼ਾਲਾ 'ਚ ਕਿਤੇ ਰਸਤੇ ਵਿੱਚ ਆਰਾਮ ਕੀਤਾ ਹੋਵੇਗਾ ਤੇ ਅਜੇ ਅੱਧੀ ਰਾਤ ਹੋਈ ਸੀ ਤੇ ਪਠਾਨ ਸਿੱਖ ਨੂੰ ਕਹਿਣ ਲੱਗਾ ਵੀ ਤੁਰਿਏ ਚੱਲੀਏ ਯਾਤਰਾ ਜਿਹੜੀ ਆ ਉਹ ਸਵੇਰ ਦੀ ਚੰਗੀ ਹੁੰਦੀ ਹੈ ਟਾਈਮ ਨਾਲ ਤੁਰਨਾ ਚਾਹੀਦਾ ਹੈ ਸੰਥਾ ਤੇ ਪੰਥਾ ਦੋਵੇਂ ਟਾਈਮ ਦੀਆਂ ਨੇ ਸੰਥਿਆ ਗੁਰਬਾਣੀ ਪੜ੍ਹਨੀ ਤੇ ਯਾਤਰਾ ਇਹ ਟਾਈਮ ਨਾਲ ਹੀ ਕਰਨੀ ਚਾਹੀਦੀ ਹੈ ਉਹ ਸਿੱਖ ਦੇ ਮੰਦ ਦੇ ਵਿੱਚ ਆਇਆ ਸਿੱਖ ਕਹਿੰਦਾ ਅਜੇ ਤੇ ਅੱਧੀ ਰਾਤ ਆ ਅੰਮ੍ਰਿਤ ਵੇਲੇ ਤੁਰਾਂਗੇ ਦਿਨ ਚੜ੍ਹੇ ਤੁਰਾਂਗੇ ਚਾਨਣ ਹੋ ਜੇ ਰਾਜ ਕੋਈ ਚੋਰ ਲਟੇਰਾ ਡਾਕੂ ਟਕਰੂਗਾ ਉਹਨੇ ਪਠਾਨ ਨੇ ਬੜੀ ਕਾਲੀ ਕੀਤੀ ਤੇ ਸਿੱਖ ਨੂੰ ਸ਼ੱਕ ਹੋ ਗਿਆ ਹੁਣ ਪਠਾਣ ਨੂੰ ਪਤਾ ਸੀ ਵੀ ਜਿਹੜੇ ਸੇਖਾ ਨਾ ਇਹਨਾਂ ਨੂੰ ਗੁਰੂ ਨਾਲ ਬਹੁਤ ਪ੍ਰੇਮ ਤੇ ਗੁਰੂ ਦੇ ਨਾਮ ਤੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਉਹ ਪਠਾਣ ਈਟਾ ਬਈਮਾਨ ਚਤਰ ਚਲਾਕ ਜਿੱਦਾਂ ਸਾਡੇ ਵੀ ਭਰਾਵਾਂ ਨੂੰ ਕਈਆਂ ਨੂੰ ਆਦਤ ਹੁੰਦੀ ਨਾ ਮੇਰਾ ਗੁਰਦੁਆਰੇ ਵਾਲ ਮੂੰਹ ਕਰ ਦੋ ਮੈਂ ਜੇ ਝੂਠ ਬੋਲਾਂ ਤੇ ਇਹ ਬੜੀ ਆਦਤ ਪਈ ਹੁੰਦੀ ਗੰਦੀ ਸੌਂ ਖਾਣ ਦੇ ਉਹ ਕਹਿੰਦਾ ਜੇ ਮੈਂ ਤੁਹਾਡੇ ਨਾਲ ਧੋਖਾ ਕਰਾਂ ਤੇ ਗੁਰੂ ਗੋਬਿੰਦ ਸਿੰਘ ਜਾਮਣ ਰਿਆ ਗਵਾਹ ਰਿਆ ਚਲੋ ਮਹਾਰਾਜ ਦਾ ਨਾਮ ਸੁਣ ਕੇ ਸਿੱਖ ਤੁਰ ਪੇ ਸਿੱਖਣੀ ਘੋੜੇ ਤੇ ਬਿਠਾ ਲਈ ਆਪ ਘੋੜਾ ਫੜ ਕੇ ਤੁਰਿਆ ਜਾ ਰਿਹਾ ਵਾ ਉਹ ਗੱਲ ਹੋਈ ਜਿਹਦਾ ਡਰ ਸੀ ਸਿੱਖ ਦੇ ਮਨ ਚ ਜਦੋਂ ਰਾਹ ਚ ਗਏ ਤੇ ਉਹਨੇ ਪਿੱਛੋਂ ਛੁਰਾ ਮਾਰਤਾ ਢਿੱਡ ਚ ਸੇਖ ਡੇਗ ਪਿਆ ਉਥੇ ਤੇ ਘੋੜੇ ਦੀਆਂ ਵਾਗਾਂ ਫੜ ਲੀਆਂ ਤੇ ਲੈ ਕੇ ਤੁਰ ਪਿਆ ਹੁਣ ਉਹ ਜਿਹੜੀ ਸਿੱਖਣੀ ਸੀ ਨਾ ਇਸਤਰੀ ਘੋੜੇ ਤੇ ਬੈਠੀ ਸਿੱਖਾਂ ਦੇ ਪਰਿਵਾਰ ਚੋਂ ਬੱਚੀ ਉਹਦੀ ਘਰ ਵਾਲੀ ਸਿੱਖਦੀ ਉਹਨਾਂ ਬੜੀ ਗੋ ਉਹਦੇ ਨਾਲ ਕਦੀ ਅੱਗੇ ਦੇਖੇ ਕਦੀ ਪਿੱਛੇ ਦੇਖੇ ਤੇ ਪਠਾਨ ਕਹਿੰਦਾ ਕਿੰਨੂ ਦੇਖਦੀ ਹੈ ਇੱਥੇ ਕੋਈ ਤੈਨੂੰ ਬਚਾਉਣ ਆਲਾ ਨਹੀਂ ਛਡਾਉਣ ਆਲਾ ਨਹੀਂ ਤੇ ਚੁੱਪ ਕਰਕੇ ਤੁਰੀ ਚੱਲ ਤਾ ਉਹ ਬੀਬੀ ਦੇ ਮੂੰਹੋਂ ਕੀ ਨਿਕਲਿਆ ਉਹ ਪਠਾਨ ਕਹਿੰਦਾ ਮੈਂ ਤੇਰਾ ਘਰ ਵਾਲਾ ਮਾਰਤਾ ਹੁਣ ਕੋਈ ਵੀ ਨਹੀਂ ਆ ਉਹ ਕਹਿੰਦੀ ਨਹੀਂ ਮੈਂ ਉਹਨੂੰ ਦੇਖਦੀ ਆ ਜਿਹੜਾ ਸਾਡੇ ਚ ਜਾਮਣ ਪਿਆ ਸੀ ਗਵਾਹ ਪਿਆ ਸੀ ਤੇ ਪਠਾਣ ਦੇ ਮੂੰਹੋਂ ਕੀ ਨਿਕਲਿਆ ਕਹਿੰਦਾ ਕਿੰਨੇ ਜਾਮਣੀ ਦੇਣੀ ਗਵਾਹੀ ਦੇਣੀ ਆ ਕਿੰਨੇ ਬੌੜਦਾਵਾ ਉਹਨੂੰ ਮਰੇ ਨੂੰ ਤੇ 100 ਸਾਲ ਹੋ ਗਿਆ ਮਹਾਰਾਜ ਨੂੰ ਜੋਤੀ ਜੋਤ ਸਮਾਇਆ ਨੂੰ ਕਾਫੀ ਚਿਰ ਹੋ ਗਿਆ ਆਪਸ ਵਿੱਚ ਗੱਲਾਂ ਕਰਦੇ ਆ ਉਹ ਬੀਬੀ ਦੇ ਮੂੰਹੋਂ ਨਿਕਲਿਆ ਵੀ ਇਦਾਂ ਨਾ ਕਹਿ ਉਹ ਅੱਜ ਵੀ ਹਾਜ਼ਰ ਹਾਜ਼ਰ ਨਾਜ਼ਰ ਆ ਗੁਰਬਾਣੀ ਕੀ ਕਹਦੀ ਆ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੈਂ ਤੇ ਉਹਨੂੰ ਉਡੀਕਦੀ ਆ ਜਿਸ ਦੀ ਜਾਮਨੀ ਆ ਤੇ ਪਠਾਨ ਕਹਿੰਦਾ ਉਹ ਤੇ ਕਦੋਂ ਦਾ ਮਰ ਖੱਪ ਗਿਆ ਵਾ ਭਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਉਸ ਸਿੱਖਣੀ ਦਾ ਦ੍ਰਿੜ ਭਰੋਸਾ ਦੇਖ ਕੇ ਇਹ ਸਾਡਾ ਇਤਿਹਾਸ ਕਹਿੰਦਾ ਹੈ ਸਾਡੇ ਬਜ਼ੁਰਗ ਸੁਣਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਸਮੇਤ ਘੋੜੇ ਤੇ ਪ੍ਰਗਟ ਹੋਏ ਸੀ ਪਲਾਂ ਦੀ ਖੇਡ ਸੀ ਪਰਗਟ ਹੋਏ ਨੇ ਪਾਲਚੀ ਉਹਦੀ ਧੌਣ ਲਈਆ ਸੀ ਧੜ ਦੇ ਨਾਲ ਉਹ ਪਠਾਨ ਦੀ ਪਾਸੇ ਸਿੱਖ ਨੂੰ ਠੀਕ ਕੀਤਾ ਪਠਾਨ ਨੂੰ ਮਾਰਿਆ ਤੇ ਗੁਰਬਾਣੀ ਕਹਿੰਦੀ ਐ ਵੀ ਕਥਾ ਪ੍ਰਾਤਨਿਉ ਸੁਣੀ ਭਗਤਨ ਕੀ ਬਾਣੀ ਇਹ ਪ੍ਰਾਣੀਆਂ ਕਥਾਵਾਂ ਸਾਨੂੰ ਦੱਸਦੀਆਂ ਨੇ ਸકલ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੇ ਇਹ ਨਾਮ ਜਪਣ ਵਾਲਿਆਂ ਦੀ, ਪ੍ਰੇਮ ਵਾਲਿਆਂ ਦੀ, ਭਰੋਸੇ ਵਾਲਿਆਂ ਦੀ ਉਹ ਰੱਖਿਆ ਕਰਦਾ ਹੈ, ਬਾਹ ਫੜਦਾ ਹੈ। ਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਉਹਦੇ ਤੇ ਸਮੇਂ ਦਾ ਅਸਰ ਆ ਕੋਈ? ਸਰੀਰ ਛੱਡੇ ਨੂੰ ਅਜੇ ਅੱਜ ਹਿਸਾਬ ਲਾਈਏ ਤੇ 1700 ਤੋਂ ਹਿਸਾਬ ਲਾ ਲਓ। ਹੁਣ 2021 ਚੱਲ ਪਿਆ। ਤਾਂ ਕਿੰਨਾ ਲੰਮਾ ਸਮਾਂ ਹੋ ਗਿਆ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ ਪਰ ਜਿਹੜੇ ਉਤੇ ਸ਼ਰਧਾ ਰੱਖਦੇ ਨੇ ਉਹਨਾਂ ਦੀ ਬਾਹ ਫੜਦਾ ਉਹਨੂੰ ਕਿਹਾ ਜਾਂਦਾ ਨਾ ਮਹਾਰਾਜ ਨੂੰ ਕੀ ਕਿਹਾ ਜਾਂਦਾ ਹੈ ਪੰਥ ਦਾ ਵਾਲੀ ਵਾਲੀ ਵਾਰਸ ਕੌਣ ਹੈ ਸਿੱਖਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰ ਸਿੱਖ ਪ੍ਰੋਸਾ ਰੱਖੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੇਰੇ ਉੱਤੇ ਸਮੇਂ ਦਾ ਅਸਰ ਨਹੀਂ ਇਸ ਸਿੱਖ ਗੁਰੂ ਨੂੰ ਕੀ ਕਹਿੰਦਾ ਵਾ ਕਿ ਗੁਰੂ ਸਾਹਿਬ ਤੇਰੇ ਉੱਤੇ ਸਮੇਂ ਦਾ ਅਸਰ ਨਹੀਂ ਭਾਵੇਂ ਸਰੀਰ ਛੱਡੇ ਨੂੰ 400 ਸਾਲ ਹੋ ਗਏ ਭਾਵੇਂ ਜਿੰਨਾ ਮਰਜ਼ੀ ਸਮਾਂ ਹੋ ਜਾਵੇ ਪਰ ਤੂੰ ਅੱਜ ਵੀ ਬੌੜੀ ਕਰਦਾ ਵਾਂ ਸਹਾਇਤਾ ਕਰਦਾ ਵਾਂ ਜਿੱਥੇ ਤੈਨੂੰ ਯਾਦ ਕੀਤਾ ਜਾਂਦਾ ਹੈ ਤਾਂ ਇਹ ਕੀ ਹੋ ਗਿਆ ਜੀ ਆ ਭੂਤ ਜਿੱਤੇ ਭੂਤ ਵਰਤਮਾਨ ਭਵਿੱਖ ਸਮੇਂ ਦਾ ਅਸਰ ਨਹੀਂ ਹੱਦ ਬੰਦੀ ਦਾ ਅਸਰ ਨਹੀਂ ਆਦ ਸੱਚ जुगाड़ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਜਾਂ ਮਹਾਂਪੁਰ ਸ਼ਰਤ ਕਰਦੇ ਨੇ ਅਭੂਤ ਹੈ ਹੁਣ ਭੂਤ ਦਾ ਪੰਜਾਬੀ ਚ ਕੀ ਅਰਥ ਹੁੰਦਾ ਭੂਤ ਆਦਿਕ ਪ੍ਰੇਤ ਆਦਿਕ ਉਹਦਾ ਭਾਵ ਅਰਥ ਕੀ ਵੀ ਖੋਵ ਡਰ ਭੂਤ ਆਦਿਕ ਦੇ ਨਾਂ ਤੋਂ ਬੰਦਾ ਚਾਲੂ ਹੋ ਜਾਂਦਾ ਡਰ ਜਾਂਦਾ ਹੈ ਤਾਂ ਅਰਥ ਕੀ ਲੈ ਲਿਆ ਭੂਤ ਦਾ ਭਾਵ ਅਰਥ ਅਖਰੀ ਅਰਥ ਨਹੀਂ ਭਾਵ ਅਰਥ ਕੀ ਹੋਇਆ ਕਿ ਡਰ ਖੋਫ ਏ ਅਕਾਲ ਪੁਰਖ ਜੀ ਤੂੰ ਆ ਭੂਤ ਮੈਨੇ ਖੋਫ ਤੋਂ ਡਰ ਤੋਂ ਰਹਿਤ ਤੇ ਜਿਹੜਾ ਸੂਰਮਾ ਨਡਾਰੋ ਬਿਨਾਂ ਨੂੰ ਉਹ ਭੂਤ ਕਹਿੰਦੇ ਨੇ ਕਿ ਇਹ ਡਰਦਾ ਨਹੀਂ ਕਿਸੇ ਤੋਂ ਹਰ ਪ੍ਰਕਾਰ ਦੇ ਖੋਫ ਤੋਂ ਰਹਿਤ ਹੈ ਤਾਂ ਪਰਮੇਸ਼ਰ ਸਭ ਤੋਂ ਵੱਡਾ ਸੂਰਮਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਚ ਲਿਖਦੇ ਕਹਾ ਮਹਾ ਸੂਰ ਹੋਏ ਕ ਮਾਰਤ ਮਵਾਸਨ ਕੋ ਕਹਾ ਕਹੂ ਮਹਾਦੇਵ ਦੇਵਤਾਨ ਕੇ ਸਾਨ ਹੋ ਕਹੂ ਮਹਾ ਸੂਰ ਹੋਏ ਕ ਮਾਰਤ ਮਵਾਸਨ ਕੋ ਕਿ ਤੇਰੇ ਵਰਗਾ ਵੱਡਾ ਸ਼ੂਰਮਾ ਸੱਚੇ ਪਾਤਸ਼ਾਹ ਕੋਈ ਨਹੀਂ ਜਿਹਦੇ ਅੰਦਰ ਕਿਸੇ ਤਰ੍ਹਾਂ ਦਾ ਖੌਫ ਨਹੀਂ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਪਰਮੇਸ਼ਰ ਕਿਤਾਂ ਦਾ ਹੈ ਨਿਰਭਉ ਅਪੂਤ ਦਾ ਅਰਥ ਕੀ ਹੋ ਗਿਆ ਜਿਹੜਾ ਨਿਰਭਉ ਹੈ ਖੋਫ ਤੋਂ ਰਹਿਤ ਹੈ ਡਰ ਤੋਂ ਰਹਿਤ ਹੈ ਆ ਭਰਨ ਹੈ ਭਰਨ ਸੰਗਿਆ ਮੈਨੇ ਪਾਲਨ ਪੋਸ਼ਣ ਭਰਨ ਦਾ ਅਰਥ ਕੀ ਹੁੰਦਾ ਪਾਲਣਾ ਪੋਸ਼ਣਾ ਜਾਂ ਆ ਭਰਨ ਭਰਨ ਦਾ ਅਰਥ ਕੀ ਹੁੰਦਾ ਗਹਿਣੇ ਅਬਰਨ ਜਿਹਨੂੰ ਕਹਿ ਦਿੰਦੇ ਗਹਿਣੇ ਪਾਏ ਜਾਂਦੇ ਆ ਭਰਨ ਇਹ ਗਾਲਪੁਰਖ ਤੂੰ ਪਾਲਣ ਪੋਸ਼ਣ ਕਰਨ ਵਾਲੇ ਦੀ ਲੋੜ ਤੋਂ ਰਹਿਤ ਹੈ ਰੱਬ ਦੀ ਪਾਲਣਾ ਕਰਨ ਵਾਲਾ ਕੋਈ ਨਹੀਂ ਸਗੋ ਰੱਬ ਸਾਰੀ ਦੁਨੀਆ ਦੀ ਪਾਲਣਾ ਕਰਨ ਵਾਲਾ ਹੈ ਜੇ ਤੇ ਕੋਈ ਉਹਦੇ ਤੋਂ ਵੱਡਾ ਹੋਵੇ ਫਿਰ ਤੇ ਰੱਬ ਦੀ ਪਾਲਣਾ ਵਾਲਾ ਵੀ ਮੰਨਿਆ ਜਾਵੇ ਵੀ ਆਹ ਬੰਦਾ ਰੱਬ ਦੀ ਪਾਲਣਾ ਕਰਦਾ ਹੈ ਪਰ ਸਭ ਤੋਂ ਵੱਡਾ ਤੇ ਉਹ ਹੀ ਹੈ ਇਸ ਕਰਕੇ ਬਾਣੀ ਕੀ ਕਹਿੰਦੀ ਹੈ ਸਰਬਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਇਆਲ ਸੁਆਮੀ ਆਦ ਦੇਵ ਅਪਾਲ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਪੋਸ਼ਣਾ ਕਰਨ ਵਾਲਾ ਹੈ ਤੇਰੀ ਪਾਲਣਾ ਪੋਸ਼ਣਾ ਕਰਨ ਵਾਲਾ ਕੋਈ ਨਹੀਂ ਜਾਂ ਫਿਰ ਅਬਰਨ ਦੇ ਕਰੀਏ ਅਰਥ ਅਬਰਨ ਮੈਨੇ ਗਹਿਣੇ ਇਹ ਅਕਾਲ ਪੁਰਖ ਤੂੰ ਗਹਿਣੇ ਸਰੂਪ ਹੈ ਜਾਂ ਤੇਰੇ ਉੱਤੇ ਸ਼ਸਤਰਾਂ ਰੂਪੀ ਗਹਿਣੇ ਬੜੇ ਫੱਪਦੇ ਨੇ ਖੜਗ ਕੇਤ ਜਿਹਦਾ ਨਿਸ਼ਾਨ ਕੇਤ ਖੜਗ ਸ੍ਰੀ ਸਾਹ ਵਾਲਾ ਹੈ ਜਾਂ ਅਲੰਕ੍ਰਿਤ ਸੁਦੇਹ ਅੰਗ ਤਨੋ ਮਨੋ ਕੇ ਮੋਹ ਅੰਕ ਬਾਣ ਬਾਣ ਧਾਰਿ ਅੰ ਅਨੇਕ ਸੱਤਰ ਧਾਰ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਜਿਹਦੇ ਸ਼ਸਤਰ ਰੂਪੀ ਗਹਿਣੇ ਬੜੇ ਫੱਪਦੇ ਹਨ ਇਦਾਂ ਦੇ ਸਰੂਪ ਵਾਲਾ ਮੰਨਿਆ ਗਿਆ ਹੈ ਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਫਰਮਾਉਂਦੇ ਨੇ ਅਗੰਝ ਹੈ ਅਭੰਝ ਹੈ ਅਚੂਜ ਹੈ ਅਚੰਝ ਹੈ ਅਗੰਝ ਦਾ ਅਰਥ ਹੁੰਦਾ ਹੈ ਗੰਜ ਮੈਨੇ ਨਾਸ ਏ ਅਕਾਲ ਪੁਰਖ ਜੀ ਤੂੰ ਗੰਜ ਨਾਸ ਤੋਂ ਰਹਿਤ ਹੈ ਗੰਜਿਓ ਜੋ ਨਾ ਜਾਏ ਸੋ ਅਗੰਝ ਕਹਿ ਕੇ ਜਾਣੀਐ ਖਤਮ ਨਹੀਂ ਹੁੰਦਾ ਹੈ ਅਭੰਝ ਹੈ ਹੇ ਅਕਾਲ ਪੁਰਖ ਜੀ ਤੂੰ ਭੰਜ ਨਾਸ ਤੋਂ ਰਹਿਤ ਹੈ ਭੰਜਿਓ ਜੋ ਨਾ ਜਾਏ ਸੋ ਆ ਭੰਜ ਕਹਿ ਕੇ ਮੰਨਿ ਅਛੂਜ ਹੈ ਹੁਣ ਛੂਜ ਦਾ ਅਰਥ ਪੰਜਾਬੀ ਚ ਕੀ ਹੁੰਦਾ ਹੈ ਵਿਸ਼ੇਸ਼ਣ ਕੀ ਹੁੰਦਾ ਜੂਝਣਾ ਮੈਨੇ ਜੂਝ ਕੇ ਲੜ ਕੇ ਜੰਗ ਕਰਕੇ ਮਰਨਾ ਹੇ ਅਕਾਲ ਪੁਰਖ ਜੀ ਤੂੰ ਅਛੂਜ ਤੈਨੂੰ ਕੋਈ ਲੜ ਕੇ ਮਾਰ ਨਹੀਂ ਸਕਦਾ ਕਦੀ ਏਦਾਂ ਸੁਣਿਆ ਵਾ ਵੀ ਫਲਾਨੇ ਨੇ ਰੱਬ ਨੂੰ ਸ਼ਹੀਦ ਕਰਤਾ ਕੋਈ ਸੂਰਮਾ ਤੇ ਸ਼ਹੀਦ ਹੋਇਆ ਕਿਸੇ ਨਾਲ ਲੜ ਕੇ ਕਦੀ ਏਦਾਂ ਵੀ ਸੁਣਿਆ ਵੀ ਫਲਾਨੇ ਨੇ ਰੱਬ ਨੂੰ ਸ਼ਹੀਦ ਕਰਤਾ ਰੱਬ ਨਹੀਂ ਸ਼ਹੀਦ ਹੁੰਦਾ ਉਹਦੇ ਤੋਂ ਵੱਡਾ ਕੋਈ ਨਹੀਂ ਜਿਹੜਾ ਉਹਨੂੰ ਲੜ ਕੇ ਖਤਮ ਕਰ ਸਕੇ ਮਾਰ ਸਕੇ ਤਾਂ ਇਸ ਕਰਕੇ ਏ ਅਕਾਲ ਪੁਰਖ ਤੂੰ ਅਝੂਜ ਤੈਨੂੰ ਲੜ ਕੇ ਕੋਈ ਮਾਰ ਨਹੀਂ ਸਕਦਾ ਜਾਂ ਫਿਰ ਝੂਜ ਦਾ ਅਰਥ ਕੀ ਹੁੰਦਾ ਹੈ ਸਿਰ ਖੋਈ ਕਰਨੀ ਹੱਥ ਪਾਈ ਕਰਨੀ ਵੀ ਪਰਮੇਸ਼ਰ ਕਿਸੇ ਦੇ ਨਾਲ ਹੱਥੋਂ ਪਾਈ ਸਿਰ ਖੋਈ ਨਹੀਂ ਕਰਦਾ ਕਿਉਂ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਦਵੰਧ ਹੀ ਨਹੀਂ ਦੁਐਤ ਹੀ ਨਹੀਂ ਆ ਈਰਖਾ ਰਹੀ ਹੈ ਤਾਂ ਉਹ ਕਿਸੇ ਨਾਲ ਵੀ ਜੂਝ ਮਾਰੇ ਸਿਰ ਖੋਈ ਆਦ ਕਰਦੋਂ ਰਹਤ ਜੇ ਤੇ ਉਹਦੇ ਚ ਈਰਖਾ ਹੋਵੇ ਦੁਆਵਿਸ਼ ਹੋਵੇ ਤੇ ਸਿਰ ਖੋਈ ਕਰੇ ਕਿਸੇ ਦੇ ਨਾਲ ਤਾਂ ਮਾਰੇ ਕੀ ਕਹਿੰਦੇ ਆ ਉਹਦੇ ਤਾਂ ਇਹੋ ਜੀ ਗੱਲ ਹੀ ਨਹੀਂ ਸਿਰ ਕੋਈ ਕਦੋਂ ਹੁੰਦੀ ਆ ਜਦੋਂ ਕਾਮ ਹੋਵੇ, ਕ੍ਰੋਧ ਹੋਵੇ, ਲੋਭ ਹੋਵੇ, ਮੋਹ। ਤਾਂ ਮਾਰੇ ਕਹਿੰਦੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ। ਨਾ ਦਵੇਖ ਹੈ, ਨਾ ਭੇਖ ਹੈ, ਨਾ ਦੁਈ ਹੈ, ਨਾ ਦਰੋਹ ਹੈ। ਤਾਂ ਅੱਗੇ ਕੀ ਕਹਿੰਦੇ ਆ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਝੰਜ ਹੈ। ਝੰਜ ਮੈਨੇ ਝੰਜਟ ਝਗੜਾ ਜਿਹਨੂੰ ਝਾਂਜਾ ਵੀ ਕਹਿ ਦਿੰਦੇ ਹਨ। हे अकाल पुरख सच्चे पात्शाह तू हर प्रकार ਦੇ ਝਾਂਜੇ ਝਗੜੇ ਝਾਂਜਿਆਂ ਤੋਂ ਰਹਿਤ। ਤੇਰਾ ਕਿਸੇ ਨਾਲ ਕੋਈ ਝਗੜਾ ਨਹੀਂ। ਨਾ ਹਾਉ ਹੈ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ। ਹੁਣ ਵਾਹਿਗੁਰੂ ਦਾ ਕਿਸੇ ਨਾਲ ਕੀ ਝਗੜਾ ਹੈ ਕੋਈ ਝਗੜਾ ਨਹੀਂ। ਤਾਂ ਆਹ ਝਾਂਜ ਮੈਨੇ ਝਗੜਿਆਂ ਤੋਂ ਰਹਿਤ। ਜਾ ਫਿਰ ਝਾਂਜ ਦਾ ਅਰਥ ਹੁੰਦਾ ਵਾ ਵੀ ਝਖੜ ਝਾਂਜੇ ਤੋਂ ਪ੍ਰਭਾਵਿਤ ਹੋ ਕੇ ਝੜ ਜਾਣਾ। ਏ ਅਕਾਲ ਪੁਰਖ ਤੂੰ ਝਖੜ ਝਾਂਜੇ ਤੋਂ ਪ੍ਰਭਾਵਤ ਹੋ ਰਹਿਤ ਤੇਰੇ ਉੱਤੇ ਮੀਂਹ ਪਾਣੀ ਹਵਾ ਆਗ ਆਦਿਕ ਇਹਦਾ ਕੋਈ ਅਸਰ ਨਹੀਂ ਪੈਂਦਾ। ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ ਨਹੀਂ ਜਰੇ ਨੈਕ ਪਾਵਕ ਮਝਾਰ ਬੂਰੇ ਨਾ ਸਿੰਧ ਸੂਖੇ ਨਾ ਬਿਆਰ। ਜੀਦੇ ਉੱਤੇ ਝਖੜ ਝਾਂਜੇ ਦਾ ਕੋਈ ਅਸਰ ਨਹੀਂ ਕਿਉਂ ਆਤਮ ਸਰੂਪ ਹੈ ਤੇ ਆਤਮਾ ਦੇ ਉੱਤੇ ਕਿਸੇ ਪ੍ਰਕਾਰ ਦੇ ਅਸਤਰ ਸ਼ਸਤਰ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਕਹਿ ਦਿੰਦੇ ਅਚੰਜ ਹੈ ਤਾਂ ਜਾਂ ਫਿਰ ਝਾਂਜ ਮੈਨੇ ਛੜ ਜਾਣਾ ਕੋਈ ਚੀਜ਼ ਛੜ ਜਾਂਦੀ ਹੈ ਸੁੱਕ ਕੇ ਛੜ ਜਾਣਾ हे ਅਕਾਲ ਪੁਰਖ ਜੀ ਤੂੰ ਝਾਂਜ ਤੋਂ ਆ ਰਹਿਤ ਛੜਨੇ ਤੋਂ ਰਹਿਤ ਹੈ ਤੇਰਾ ਤੇਜ ਪ੍ਰਕਾਸ਼ ਤੇਰੀ ਵਿਦਵਤਾ ਤੇਰਾ ਗਿਆਨ ਤੇਰਾ ਬਾਲ ਤੇਰਾ ਸਰੂਪ ਤੇਰੇ ਸ਼ੁਭ ਗੁਣ ਤੇਰੀਆਂ ਤਾਕਤਾਂ ਇਹ ਕੋਈ ਵੀ ਚੀਜ਼ ਘਟਦੀ ਨਹੀਂ ਆ ਕਿਸੇ ਪ੍ਰਕਾਰ ਤੇਰਾ ਤੇਜ ਪ੍ਰਕਾਸ਼ ਜਿਹੜਾ ਸੰਸਾਰ ਦੇ ਵਿੱਚ ਹੈ ਉਹ ਖਤਮ ਨਹੀਂ ਹੁੰਦਾ ਆ ਸਤਿਗੁਰੂ ਕਹਿੰਦੇ ਅਨੂਪ ਰੂਪ ਸਰੂਪ ਹੈ ਅਸ਼ਿਜ ਤੇਜਮਾਨੀ ਅਸ਼ਿਜ ਜਿਹਦਾ ਤੇਜ ਪ੍ਰਕਾਸ਼ ਕਦੀ ਵੀ ਘਟਦਾ ਨਹੀਂ ਉਹ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਚੜਨੇ ਤੋਂ ਰਹਿਤ ਹੈ ਤਾਂ ਅਗਲੀ ਪੌੜੀ ਦਸਵੇਂ ਪਾਤਸ਼ਾਹ ਫਿਰ ਉਸਤਤ ਕਰਦੇ ਪਰਮੇਸ਼ਰ ਦੀ ਕੀ ਕਹਿੰਦੇ ਨੇ ਅਮੀਕ ਹੈ ਰਫੀਕ ਹੈ ਅਤੰਦ ਹੈ ਅਵੰਦ ਹੈ ਅਮੀਕ ਅਰਬੀ ਭਾਸ਼ਾ ਵਰਤਦੇ ਆ ਮਹਾਰਾਜ ਅਰਬੀ ਦੇ ਵਿੱਚ ਅਮੀਕ ਕੀ ਆ ਵਿਸ਼ੇਸ਼ਣ ਤੇ ਜਿਹਦਾ ਅਰਥ ਹੁੰਦਾ ਅਥਾ ਡੂੰਗਾ ਗਹਿਰਾ ਗੰਭੀਰ ਹੀ ਆਕਾਲਪੁਰਖ ਜੀ ਤੂੰ અત્યੰਤ ਹੀ ਅਮੀਕ ਮੈਨੇ ਬਹੁਤਾ ਡੂੰਘਾ ਹੈ ਆ ਮੈਨੇ ਵਿਸ਼ੇਸ਼ ਕਰਕੇ ਅਮੀਕ ਜਿਹੜਾ અત્યੰਤ ਡੂੰਘਾ ਹੈ ਅਰਥਾ ਹੈ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਕੀ ਅਮੀਕ ਹੈ ਜਾਂ ਮੀਕ ਦਾ ਅਰਥ ਹੁੰਦਾ ਮਿਕਦਾਰ ਮੈਨੇ ਬਰਾਬਰ ਕੋਈ ਵੀ ਆਪ ਜੀ ਦੇ ਸਦਾਰਸ਼ ਨਹੀਂ ਹੈ ਕੋਈ ਵੀ ਤੇਰੇ ਬਰਾਬਰ ਨਹੀਂ ਸੱਚੇ ਪਾਤਸ਼ਾਹ ਜਾ ਮੀਕ ਦਾ ਅਰਥ ਹੁੰਦਾ ਅੰਦਾਜ਼ਾ ਮਿਗਦਾਰ ਦਾ ਅਰਥ ਇੱਕ ਇਹ ਵੀ ਹੁੰਦਾ ਨਾ ਅੰਦਾਜ਼ਾ ਲਾਉਣਾ ਵੀ ਕਿੰਨੀ ਮਿਗਦਾਰ ਜਿੱਥੇ ਮਿਗਦਾਰ ਦਾ ਅਰਥ ਹੁੰਦਾ ਸਦਰਸ ਬਰਾਬਰ ਉਥੇ ਮਿਗਦਾਰ ਦਾ ਇੱਕ ਇਹ ਵੀ ਅਰਥ ਹੁੰਦਾ ਵਾ ਅੰਦਾਜ਼ਾ ਲਾਉਣਾ ਵੀ ਕਿੰਨੀ ਕੁ ਮਿਗਦਾਰ ਆ ਇਹਦੇ ਵਿੱਚ ਤਾਂ हे ਸੱਚੇ ਪਾਤਸ਼ਾਹ ਤੇਰੀਆਂ ਤਾਕਤਾਂ ਤੇਰੇ ਬਲ ਦਾ ਕੋਈ ਅੰਦਾਜ਼ਾ ਲਾ ਸਕਦਾ ਦੁਨੀਆ ਦੇ ਵਿੱਚ ਵੀ ਕਿੰਨੀ ਕੁ ਤਾਕਤ ਹੈ ਕਿੰਨਾ ਕੁ ਬਲ ਹੈ ਕੋਈ ਵੀ ਐਸਾ ਨਹੀਂ ਕਰ ਸਕਦਾ ਕਿਉਂ ਵੱਡਾ ਸਾਹਿਬ ਵੱਡੀ ਨਹੀਂ ਉਹਦੇ ਵਰਗਾ ਕੋਈ ਵੱਡਾ ਹੈ ਹੀ ਨਹੀਂ ਸੰਸਾਰ ਦੇ ਵਿੱਚ ਤਾਂ ਸੱਚੇ ਪਾਤਸ਼ਾਹ ਕਹਿੰਦੇ ਰਫੀਕ ਹੈ ਰਫੀਕ ਅਰਬੀ ਦੇ ਵਿੱਚ ਕਹਿੰਦੇ ਦੋਸਤ ਨੂੰ ਮਿੱਤਰ ਨੂੰ ਪਿਆਰੇ ਨੂੰ ਕਿ हे ਅਕਾਲ ਪੁਰਖ ਤੂੰ ਸਭਨਾ ਜੀਆ ਦਾ ਪਿਆਰਾ ਰਫੀਕ ਮਿੱਤਰ ਹੈ ਸਭਨਾ ਦਾ ਮਿੱਤਰ ਆ ਕਿਸੇ ਦਾ ਮਾੜਾ ਨਹੀਂ ਕਰਦਾ ਆਪੋ ਆਪਣੇ ਕਰਮ ਨੇ ਜੀ ਜਿਹੋ ਜਿਹਾ ਫਾਲ ਸਾਨੂੰ ਮਿਲਦਾ ਹੈ ਇਹ ਸਾਡੇ ਕਰਮਾਂ ਦੀ ਗੱਲ ਹੈ ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਸਭਨਾ ਦਾ ਪਿਆਰਾ ਹੈ ਰਫੀਕ ਮੈਨੇ ਪਿਆਰਾ ਹੈ ਮਿੱਤਰ ਹੈ ਸੱਜਣ ਮਹਿਡਾ ਚਾਈਆ ਹੱਬ ਕਹੀ ਦਾ ਮਿੱਤ ਗੁਰਬਾਣੀ ਵਿੱਚ ਲਿਖਿਆ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿਤ ਅਧੰਦ ਹੈ ਅਬੰਦ ਹੈ ਹੇ ਅਕਾਲ ਪੁਰਖ ਤੂੰ ਹਰ ਪ੍ਰਕਾਰ ਦੇ ਤੰਦ ਤੰਦਿਆਂ ਤੋਂ ਰਹਿਤ ਹੈ ਆ ਬੰਧ ਹੈ ਹੁਣ ਬੰਧ ਦਾ ਅਰਥ ਕੀ ਹੋਇਆ ਬੰਧਨਾ ਤੋਂ ਰਹਿਤ ਆ ਮੈਨੇ ਰਹਿਤ ਹੇ ਅਕਾਲ ਪੁਰਖ ਤੂੰ ਮੋਹ ਆਦਕ ਦੇ ਬੰਧਨਾ ਤੋਂ ਰਹਿਤ ਮੋਹ ਦਾ ਬੰਧਨ ਤੇਰੇ ਉੱਤੇ ਨਹੀਂ ਪੈਂਦਾ ਹੈ ਨਿਰਬੂਝ ਹੈ ਅਸੂਝ ਹੈ ਨਿਰ ਰਹਿਤ ਹੈ ਬੂਝ ਮੈਨੇ ਪੰਜਾਬੀ ਦੇ ਵਿੱਚ ਬੋਧ ਸਮਝਣਾ ਜਾਣਕਾਰੀ हे अकाल पुरख तू मलन बुद्धि ते चंचल मन ਦੁਆਰਾ ਬੂਝ ਬੁੱਝਣੇ ਤੋਂ ਨਿਰ ਰਹਿਤ ਹੈ ਜਿਨ੍ਹਾਂ ਦਾ ਮਨ ਮੈਲਾ ਹੈ ਜਿਨ੍ਹਾਂ ਦੀ ਬੁੱਧੀ ਮਾੜੀ ਹੋ ਚੁੱਕੀ ਵਿਸ਼ਿਆਂ ਵਿੱਚ ਲੱਗ ਕੇ ਉਹਨਾਂ ਦੀ ਸਮਝ ਵਿੱਚ ਨਹੀਂ ਤੂੰ ਆਉਣ ਵਾਲਾ ਉਹ ਤੇਰਾ ਖੰਡਨ ਕਰਨਾ ਸ਼ੁਰੂ ਕਰ ਦਿੰਦੇ ਉਹ ਕਹਿੰਦੇ ਨਹੀਂ ਜੀ ਇਹ ਵੀ ਨਹੀਂ ਹੋ ਸਕਦਾ ਇਹ ਵੀ ਨਹੀਂ ਹੋ ਸਕਦਾ ਉਹ ਨਿਸ਼ਾਨੀ ਕੀ ਦੀ ਆ ਮਲੀਨ ਬੁੱਧੀ ਦੀ ਇਹ ਚੰਚਲ ਮਨ ਦੀ ਵੀ ਮਨ ਬੜਾ ਤੇਜ ਹੈ ਸ਼ੰਕੇ ਖੜੇ ਕਰੀ ਜਾਂਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਵੀ ਲਿਖਦੇ ਆ ਵੀ ਰੱਬ ਚਤਰ ਚਲਾਕੀਆਂ ਨਾਲ ਨਹੀਂ ਮਿਲਦਾ ਰੇ ਜਨ ਮਨ ਮਾਦੋ ਸਿਓ ਲਾਈਐ ਚਤੁਰਾਈ ਨਾ ਚਤੁਰਪੁਜ ਪਾਈਐ ਤਾਂ ਹੇ ਅਕਾਲ ਪੁਰਖ ਜੀ ਤੂੰ ਮਾੜੇ ਮਨ ਤੇ ਚੰਚਲ ਬੁੱਧੀ ਦੁਆਰਾ ਪ੍ਰਾਪਤ ਹੋਣ ਵਾਲਾ ਨਹੀਂ ਜਾਂ ਪਰ ਨਿਰਬੂਜ ਹੈ ਹੁਣ ਬੂਝ ਦਾ ਅਰਥ ਜੇ ਇਦਾਂ ਕਰ ਲਈਏ ਵੀ ਬੁਝ ਜਾਣਾ ਬੁਝਾ ਦੇਣਾ ਜਿਵੇਂ ਪਾਣੀ ਪਾ ਕੇ ਅੱਗ ਬੁਝ ਗਈ ਕਿਤੇ ਇਦਾਂ ਤਾਂ ਨਹੀਂ ਅਰਥ ਕਰ ਲੈਣਦੇ ਵੀ ਰੱਬ ਦੀ ਜੋਤ ਸ਼ਾਇਦ ਬੁਝ ਜਾਂਦੀ ਹੈ ਹੁਣ ਚਲੋ ਗੱਲ ਤੇ ਇਦਾਂ ਦੀ ਹੈ ਤੇ ਕਈ ਵਾਰੀ ਗਲਤ ਸਿੱਖਿਆ ਲੈ ਲਈ ਜਾਂਦੀ ਹੈ ਕਿਤੇ ਜੋਤ ਜਗ ਦੀ ਪਈ ਸੀ ਨਾ ਤੇ ਸਿੰਘਾਂ ਨੂੰ ਲੱਗੀ ਭੁੱਖ ਉਹ ਕਭੀ ਇਹੋ ਜੀ ਲੱਗੀ ਵੀ ਹੁਣ ਇਹ ਨਾ ਤੁਸੀਂ ਕਿਤੇ ਸਿੱਖਿਆ ਲੈ ਲਿਓ ਵੀ ਜੋਤਾਂ ਦਾ ਘਿਓ ਕੱਢ ਕੇ ਤੜਕਈ ਲਾਈ ਜਾਏ ਉਹ ਬਾਅਦ ਚ ਜੋਤ ਜਗਦੀ ਪਈ ਤੇ ਸਿੰਘਾਂ ਨੂੰ ਲੱਗੀ ਭੁੱਖ ਇੱਕ ਕਹਿੰਦਾ ਜੋਤ ਬੁੱਝ ਜਾਣੀ ਆ ਹੁਣ ਦੂਜੇ ਨੂੰ ਭੁੱਖ ਵੜੀ ਲੱਗੀ ਸੀ ਉਹ ਆਪਦੇ ਹੱਲ ਹੱਥ ਕਰਕੇ ਕਹਿੰਦਾ ਇੱਧਰ ਜਾਗਦੀ ਬੁੱਝ ਚੱਲੀ ਆਏ ਤੇ ਫਿਰ ਜਗ ਪੂਗੀ ਤੂੰ ਘਿਓ ਲਿਆ ਪ੍ਰਸ਼ਾਦਾ ਬਣਾਈਏ ਇਦਦਰ ਜਾਗਦੀ ਬੁੱਝ ਚੱਲੀ ਆ ਭਾਪ ਜੇ ਮੈਂ ਮਰ ਗਿਆ ਤੇ ਇਹ ਨਹੀਂ ਜਗਣੀ ਉਹ ਤੇ ਫਿਰ ਕਿਉਂ ਪੈ ਕੇ ਜਗ ਜਾਣੀ ਪਰ ਇਹਦਾ ਮਤਲਬ ਇਹ ਨਾ ਲੈ ਲਿਓ ਹੱਥ ਜੋੜ ਕੇ ਕਹਾਂ ਜੋਤ ਦਾ ਕਿਉਂ ਖਾਣਾ ਨਹੀਂ ਚਾਹੀਦਾ ਹੁੰਦਾ ਅਰਦਾਸਾਂ ਬੇਨਤੀਆਂ ਦਾ ਹੁੰਦਾ ਹੈ ਕਿ ਜਿੱਦਾਂ ਬੰਦੇ ਦੀ ਜੋਤ ਰੋਟੀ ਤੋਂ ਬਿਨਾ ਬੁੱਝ ਜਾਂਦੀ ਸ਼ਾਇਦ ਇਦਾਂ ਰੱਬ ਦੀ ਜੋਤ ਵੀ ਬੁੱਝ ਜਾਂਦੀ ਹੋਵੇ ਕਿ ਸ਼ਾਇਦ ਰੱਬ ਦੀ ਜੋਤ ਵੀ ਬੁੱਝ ਜਾਂਦੀ ਹੋਵੇ ਸਿੱਧਾ ਸ਼ਬਦਾਂ ਰੱਬ ਵੀ ਮਰ ਜਾਂਦਾ ਹੋਵੇ ਤਾਂ ਮਾਰੇ ਕਹਿੰਦੇ ਨਹੀਂ ਸੱਜਣਾ ਉਹਦੀ ਜੋਤ ਨਿਰ ਰਹਿਤ ਹੈ ਬੂਝ ਬੁੱਝਣੇ ਤੋਂ ਨਾ ਘੜਦੀ ਹੈ ਨਾ ਬੁੱਝਦੀ ਹੈ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਐਸੀ ਜੋਤ ਹੈ ਅਸੂਜ ਹੈ ਹੁਣ ਸੂਜ ਦਾ ਅਰਥ ਹੁੰਦਾ ਸੁਜਣਾ ਸੁਜਣਾ ਮੈਨੇ ਦ੍ਰਿਸ਼ਟੀ ਆਉਣਾ ਦਿਖਾਈ ਦੇ ਜਾਣਾ ਜਾਂ ਸੁਜਣਾ ਮੈਨੇ ਸਮਝ ਦੇ ਵਿੱਚ ਪੈ ਜਾਣਾ ਜਾਂ ਸੂਝ ਮੈਨੇ ਕੋਈ ਸਲਾਹ ਦੇ ਦੇਣੀ ਬੜੇ ਅਰਥ ਨੇ ਸੂਝ ਦੇ ਤੇ ਅੱਗੇ ਲੱਗਿਆ ਐੜਾ ਆ ਸੂਝ ਹੁਣ ਜੇ ਸੁਜਣੇ ਦਾ ਅਰਥ ਕਰੀਏ ਵੀ ਸੁੱਝ ਜਾਣਾ ਭਾਵ ਪਕੜ ਚ ਆ ਜਾਣਾ ਦ੍ਰਿਸ਼ਟੀ ਚ ਆ ਜਾਣਾ ਨਿਗਾਹ ਚ ਆ ਜਾਣਾ ਤਾਂ ਪਰਮਾਤਮਾ ਇਨ੍ਹਾਂ ਨੇਤਰਾਂ ਦੇ ਨਾਲ ਸੂਝ ਦਿਸਣੇ ਤੋਂ ਰਹਿਤ ਹੈ ਸੁਜਣੇ ਤੋਂ ਰਹਿਤ ਹੈ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਤ ਦੇਖੇ ਮੁਰਾਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਨਾ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦੇਖਦਾ ਇਹ ਬਾਹਰਲੀ ਅੱਖਾਂ ਨਹੀਂ ਉਹ ਅੱਖਾਂ ਹੋਰ ਨੇ ਗੁਰਬਾਣੀ ਵਿੱਚ ਲਿਖਿਆ ਜਿਨੀ ਦਸੰਦੋ ਬਾਪ ਪਰੀ ਨਾਨਕ ਸੇ ਅਖੜੀਆਂ ਬਿਆਨ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਅਸਲੀ ਰੂਪ ਦੇਖਦਾ ਤਾਂ ਇਹ ਬਾਹਰ ਲਈ ਹੁਣ ਜਾਂ ਫਿਰ ਅੱਖਾਂ ਕਿਹੜੀਆਂ ਮੰਨੀਆਂ ਵਿਦਵਾਨਾਂ ਨੇ ਧਾਰਮਿਕ ਗ੍ਰੰਥ ਵਿਦਿਆ ਵਿਦਿਆ ਦੇ ਨਾਲ ਬੰਦਾ ਸਿਆਣਾ ਹੋ ਜਾਂਦਾ ਉਹ ਚੀਜ਼ਾਂ ਸੁੱਝਣ ਲੱਗ ਪੈਂਦੀਆਂ ਮਤਾ ਕਿਤੇ ਮਨ 'ਚ ਹੰਕਾਰ ਆ ਜੇ ਮਾਣ ਆ ਜੇ ਵੀ ਮੈਂ ਜ਼ਿਆਦਾ ਪੜ ਗਿਆ ਹੁਣ ਰੱਬ ਨੂੰ ਮੈਂ ਸੁੱਝ ਲਿਆ ਤਾਂ ਮਹਾਰਾਜ ਕਹਿੰਦੇ ਕਈ ਕਰਤ ਕੋਟ ਵਿਦਿਆ ਵਿਚਾਰ ਦਸਵੇਂ ਪਾਤਸ਼ਾਹ ਕਹਿੰਦੇ ਕਰੋੜਾਂ ਸਾਲ ਵਿਦਿਆ ਦਾ ਵਿਚਾਰ ਕਰ ਨਹੀਂ ਤਦਪਦਿਸ਼ਟ ਦੇਖੇ ਮੁਰਾਰ ਕਾਮੀ ਰੱਬ ਇਨਾਂ ਬਾਹਰ ਲੀਆਂ ਖਾਨਾ ਸੂਜ ਸੁਜਣੇ ਤੋਂ ਰਹਿਤ ਹੈ ਉਹਨੂੰ ਕਹਿੰਦੇ ਅਸੂਜ ਹੈ ਜਾਂ ਫਿਰ ਅਸੂਜ ਹੈ हे ਅਕਾਲਪੁਰਖ ਤੂੰ ਕਿਸੇ ਵੀ ਕਿਸੇ ਪ੍ਰਕਾਰ ਦੀ ਸੂਜ ਸਲਾਹਤੋਂ ਰਹਿਤ ਹੈ ਤੈਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਉਹ ਕਿਸੇ ਤੋਂ ਪੁੱਛਦਾ ਨਹੀਂ ਹੈ ਅਕਾਲ ਹੈ ਅਜਾਲ ਹੈ ਅਕਾਲ ਹੀ ਅਕਾਲ ਪੁਰਖ ਜੀ ਤੂੰ ਕਾਲ ਮੌਤ ਤੋਂ ਰਹਿਤ ਹੈ ਗੁਰਬਾਣੀ ਵਿੱਚ ਵੀ ਲਿਖਿਆ ਨਾ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ ਇਹ ਵਾਹਿਗੁਰੂ ਤੇਰੇ ਸਿਰ ਤੇ ਮੌਤ ਦਾ ਅਸਰ ਨਹੀਂ ਜਾਂ 10ਵੇਂ ਪਾਠਾ ਵੀ ਕਹਿੰਦੇ ਕਾਲ ਰਹਿਤ ਅਨਕਾਲ ਸਰੂਪ ਆਪਾਂ ਪੜਦੇ ਬੜੇ ਪ੍ਰੇਮ ਦੇ ਨਾਲ ਅਲਖ ਪੁਰਖ ਅਵਗਤ ਅਵਧੂਤਾ ਅਕਾਲ ਹੈ ਜਿਹਦੇ ਉੱਤੇ ਅਕਾਲ ਮੌਤ ਦਾ ਅਸਰ ਨਹੀਂ ਆਜਾਲ ਹੈ ਜਾਲ ਦਾ ਅਰਥ ਕੀ ਹੋਇਆ ਜਾਲ ਪਾਉਣਾ ਫਸਾ ਲੈਣਾ ਜਾਂ ਜਮਾਂ ਦਾ ਜਾਲ ਭਾਵ ਅਰਥ ਕੀ ਹੋ ਗਿਆ ਬੰਧਨ ਜਾਂ ਜਾਲ ਮੈਨੇ ਜਲਣਾ ਸੜਨਾ ਈਰਖਾ ਦੀ ਅੱਗ ਦੇ ਵਿੱਚ ਜਲਣਾ ਨਹੀਂ ਸੜਨਾ ਹੁਣ ਜੇ ਜਾਲ ਦਾ ਅਰਥ ਕੀਤਾ ਜਾਵੇ ਜਮਾਂ ਦਾ ਜਾਲ ਹੇ ਆਕਾਲ ਪੁਰਖ ਜੀ ਤੂੰ ਦੁਨੀਆਂ ਦੇ ਜਾਲ ਕਿੰਨੇ ਅਰਥ ਹੋ ਸਕਦੇ ਮਾਇਆ ਦੇ ਜਾਲ ਜਮਾ ਦੇ ਜਾਲ ਤੋਂ ਰਹਿਤ ਹੈ ਕਿਉਂ ਗੁਰਬਾਣੀ ਕੀ ਕਹਿੰਦੀ ਹੈ ਏਕਮ ਏਕੰਕਾਰ ਨਰਾਲਾ ਅਮਰ ਅਜੂਨੀ ਜਾਤ ਨਾ ਜਲਾ ਨਾ ਉਤੇ ਮਾਇਆ ਦਾ ਜਾਲ ਚੱਲੇ ਨਾ ਉਤੇ ਜਮਾ ਦਾ ਜਾਲ ਚੱਲੇ ਤੇ ਜਿਹੜੇ ਦੁਨਿਆਵੀ ਬੰਦੇ ਨੇ ਇਨਸਾਨ ਕਿਦਾਂ ਦਾ ਵਾ ਹਰ ਜਾਲ ਚੀ ਫਸਿਆ ਹੁੰਦਾ ਹੈ ਫਸਾਉਣ ਦੀ ਲੋੜ ਹੀ ਨਹੀਂ ਆਪ ਹੀ ਡਿੱਗਣ ਨੂੰ ਤਿਆਰ ਹੁੰਦਾ ਉਹ ਰੱਬ ਮੌਕਾ ਨਾ ਦਾ ਨਾ ਦੇ ਵਕਰੀ ਗੱਲ ਪਰ ਪਰਮੇਸ਼ਰ ਉੱਤੇ ਕਿਸੇ ਜਾਲ ਦਾ ਅਸਰ ਨਹੀਂ ਮਾਇਆ ਦਾ ਜਾਲ ਦਾ ਅਸਰ ਨਹੀਂ ਲੋਭ ਦੇ ਜਾਲ ਦਾ ਅਸਰ ਨਹੀਂ ਜਮਾ ਦੇ ਜਾਲ ਦਾ ਅਸਰ ਨਹੀਂ ਤਾਂ ਸਤਿਗੁਰੂ ਕੀ ਕਹਿੰਦੇ ਬਾਣੀ ਦੇ ਵਿੱਚ ਵਿਸਵ ਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਿਤ ਹੈ ਉਹ ਜਮਾ ਦੇ ਜਾਲ ਦੇ ਵਿੱਚ ਨਹੀਂ ਫਸਦਾ ਤੇ ਦੂਸਰਾ ਅਰਥ ਕੀ ਸੀ ਜਾਲ ਮੈਨੇ ਜਲਣਾ ਸੜਨਾ हे ਪਰਮੇਸ਼ਰ ਜੀ ਆਪ ਹਰ ਪ੍ਰਕਾਰ ਦੀ ਜਾਲ ਜਲਣ ਤਾਈ ਤੋਂ ਰਹਿਤ ਕਿਉਂ ਸਾਰੇ ਤੇਰਾ ਸਰੂਪ ਨੇ ਇਸ ਕਰਕੇ ਈਰਖਾ ਆ ਦੀ ਜਲਣ ਆਪ ਜੀ ਨੂੰ ਨਹੀਂ ਹੁੰਦੀ ਜਾਂ ਫਿਰ ਜਾਲ ਮੈਨੇ ਬੰਧਨ ਆ ਜਾਲ ਬੰਧਨਾ ਤੋਂ ਮੁਕਤ ਹੈ ਬੰਦਨ ਤੇ ਮੁਕਤਾ ਘਟਕੜ ਜੁਗਤਾ ਕਹਿ ਨਾ ਸਕੋ ਹਰ ਜੈਸਾ ਉਹ ਕਿਸੇ ਬੰਦਨ ਦੇ ਵਿੱਚ ਨਹੀਂ ਆਉਂਦਾ ਅਜਾਲ ਹੈ ਜਾਲਾਂ ਤੋਂ ਬੰਦਨਾ ਤੋਂ ਜਲਣ ਤਾਈ ਤੋਂ ਜਮਾਂ ਦੇ ਜਾਲ ਤੋਂ ਮਾਇਆ ਦੇ ਜਾਲ ਤੋਂ ਰਹਿਤ ਹੈ ਅਲਾਹ ਹੈ ਹੁਣ ਅਰਬੀ ਦੇ ਵਿੱਚ ਅਲਾਹ ਕਹਿੰਦੇ ਅੱਲਾ ਨੂੰ ਜਿਹਨੂੰ ਮੁਸਲਮਾਨ ਆਪਾਂ ਜਿਹਨੂੰ ਵਾਹਿਗੁਰੂ ਕਹਿ ਦਿੰਦੇ ਆ ਹਿੰਦੂ ਜਿਹਨੂੰ ਭਗਵਾਨ ਕਹਿ ਦਿੰਦੇ ਆ ਈਸਾਈ ਜਿਹਨੂੰ ਗੋਡ ਕਹਿ ਦਿੰਦੇ ਆ ਮੁਸਲਮਾਨ ਉਹਨੂੰ ਕੀ ਕਹਿੰਦੇ ਅੱਲਾ ਤਾਂ ਅਰਬੀ ਦੇ ਵਿੱਚ ਕੀ ਹੈ ਅੱਲਾ ਪਾਰ ਬ੍ਰਹਮ ਕਰਤਾਰ ਤੇ ਅੱਲਾ ਦਾ ਅਰਥ ਕੀ ਹੁੰਦਾ ਵਾ ਵੀ ਜੀ ਦੇ ਸਿਵਾ ਹੋਰ ਕੋਈ ਵੀ ਨਹੀਂ ਤੇ ਪੂਜਣ ਯੋਗ ਵੀ ਉਹ ਹੀ ਆ ਉਹਦੇ ਤੋਂ ਬਿਨਾ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਇਸਲਾਮ ਕਹਿੰਦਾ ਉਹ ਕੀ ਹੋਇਆ ਅੱਲਾ ਹੁਣ ਮੁਸਲਮਾਨਾਂ ਦੇ ਮਤ ਦੇ ਵਿੱਚ ਜਿਹੜੇ ਰੱਬ ਦੇ ਕਿਰਤਮ ਨਾਮ ਨੇ ਨਾ ਉਹਨਾਂ ਨੂੰ ਸਫਾਤੀ ਨਾਮ ਕਹਿੰਦੇ ਕਿਰਤਮ ਮੈਨੇ ਕਿਸੇ ਕਿਰਿਆ ਤੋਂ ਕਾਰਜ ਤੋਂ ਜਿਵੇਂ ਸਾਰਿਆਂ ਨੂੰ ਰੋਟੀ ਦਿੰਦਾ ਸਾਰਿਆਂ ਦੀ ਪਾਲਣਾ ਕਰਦਾ ਪਾਲਣ ਰੂਪ ਕਿਰਿਆ ਜਿਹੜੇ ਤੇ ਕਿਰਿਆ ਤੋਂ ਪੈਣ ਉਹਨਾਂ ਨੂੰ ਸਫਾਤੀ ਕਹਿੰਦੇ ਨੇ ਤੇ ਦੂਜੇ ਨਾਮ ਹੁੰਦੇ ਸਰੂਪ ਨਾਮ ਸਰੂਪ ਮੈਨੇ ਜਿਹੜੇ ਉਹਦੇ ਗੁਣ ਨੂੰ ਉਹਦੇ ਸੁਭਾ ਨੂੰ ਦੱਸਣ ਉਹਨੂੰ ਮੁਸਲਮਾਨ ਕੀ ਕਹਿੰਦੇ ਨੇ ਜਾਤੀ ਨਾਮ ਸਫਾਤੀ ਨਾਮ ਤੇ ਜਾਤੀ ਨਾਮ ਸਫਾਤੀ ਮੈਨੇ ਜਿਹੜੇ ਉਹਦੇ ਕੰਮਾਂ ਤੋਂ ਪਏ ਤੇ ਜਾਤੀ ਮੈਨੇ ਜਿਹੜਾ ਉਹਦਾ ਸੁਭਾਅ ਆ ਉਹਦਾ ਸਰੂਪ ਆ ਵੀ ਉਹ ਕਿਦਾਂ ਦਾ ਵਾ ਜਿਹੜਾ ਅੱਲਾ ਨਾਮ ਆ ਨਾ ਇਹ ਜਾਤੀ ਨਾਮ ਆ ਇਹ ਉਹਦਾ ਸੁਭਾਅ ਦੱਸਦਾ ਉਹਦਾ ਸਰੂਪ ਦੱਸਦਾ ਵਾ ਉਹਦੇ ਗੁਣ ਦੱਸਦਾ ਵਾ ਵੀ ਕੀ ਕਹਿੰਦੇ ਆ ਵੀ ਜਿਹੜਾ ਪਵਿੱਤਰ ਆ ਖੁਦ ਹਸਤੀ ਆ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰਦਾ ਉਹਨੂੰ ਅੱਲਾ ਗਿਆ ਜਾਂਦਾ ਹੈ ਤਾਂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਤੂੰ ਅੱਲਾ ਹੈ ਤੂੰ ਅਲਾਵਾ ਮੈਨੇ ਇੱਕੋ ਇੱਕ ਹੈ ਪੂਜਣ ਯੋਗ ਹੈ ਪਵਿੱਤਰ ਹੈ ਕਿਉਂਕਿ ਗੁਰਬਾਣੀ ਵਿੱਚ ਰੱਬ ਦੇ ਕਿਸੇ ਨਾਮ ਦੇ ਨਾਲ ਕੋਈ ਨਫ਼ਰਤ ਨਹੀਂ ਕੋਈ ਨਫ਼ਰਤ ਨਹੀਂ ਆ ਭਾਵੇਂ ਮੁਸਲਮਾਨਾਂ ਦਾ ਨਾਮ ਆ ਭਾਵੇਂ ਹਿੰਦੂਆਂ ਦਾ ਨਾਮ ਕਿਉਂ ਗੁਰਬਾਣੀ ਕੀ ਕਹਿੰਦੀ ਹੈ ਅੱਲਾਹ ਆਪਕੰਗ ਪਾਕ ਹੈ ਸੱਕ ਕਰੋ ਜੇ ਦੂਸਰੋ ਹੈ ਤਾਂ ਅੱਲਾਹ ਦਾ ਅਰਥ ਕੀ ਹੋਇਆ ਇੱਕੋ ਇੱਕ ਰੱਬ ਇੱਕ ਹੀ ਆ ਤਾਂ ਉਹ ਕੀ ਆ ਅੱਲਾਹ ਹੈ ਜਾਂ ਫਿਰ हे ਅਕਾਲ ਪੁਰਖ ਲਾ ਮੈਨੇ ਲਖਣਾ ਜਾਣ ਲੈਣਾ ਤੂੰ ਲਖਣੇ ਤੋਂ ਰਹਿਤ ਹੈ ਜੋਗੀ ਕਹਿੰਦੇ ਹੁੰਦੇ ਸੀ ਨਾ ਅਲਖ ਅਲਖ ਜਗਾਉਂਦੇ ਨਾ ਜੋਗੀ ਅਲਖ ਅਲਖ ਕਹਿ ਕੇ ਆਵਾਜ਼ ਦਿੰਦੇ ਨੇ ਅਲੱਖ ਨਰੰਜਨ ਮੈਨੇ ਜੇ ਇਸ ਰੱਬ ਨੂੰ ਲੱਖ ਲਖਿਆ ਨਹੀਂ ਜਾਂਦਾ ਜਿਹੜਾ ਜਾਣਨੇ ਤੋਂ ਰਹਿਤ ਐ ਬਾਹਰਲੇ ਦਿਮਾਗ ਦੇ ਨਾਲ ਜਿਹੜਾ ਵਸਦੇ ਵਿੱਚ ਨਹੀਂ ਆਉਂਦਾ ਉਹ ਵਾਹਿਗੁਰੂ ਲਖਣੇ ਤੋਂ ਰਹਿਤ ਅਜਾਹ ਹੈ ਜਾਂ ਫਾਰਸੀ ਦੇ ਵਿੱਚ ਕਹਿੰਦੇ ਜਗਾ ਨੂੰ ਥਾਂ ਨੂੰ ਏ ਅਕਾਲ ਪੁਰਖ ਤੂੰ ਨਿਵਾਸ ਕਰਨ ਲਈ ਤੇਰੇ ਲਈ ਕੋਈ ਖਾਸ ਜਗਾ ਨਹੀਂ ਆਪਾਂ ਤੇ ਜਗ੍ਹਾ ਬਣਾਈ ਹੁੰਦੀ ਆ ਨਾ ਵੀ ਹੁਣ ਥੱਕ ਗਿਆ ਤੇ ਉਹ ਉੱਥੇ ਜਾ ਕੇ ਲੰਮੇ ਪੈ ਜੀਏ ਘੜੀ ਸੁੱਖ ਲਈਏ ਰੱਬ ਨੇ ਵੀ ਕੋਈ ਥਾਂ ਰੱਖਿਆ ਹੋਊਗਾ ਨਾ ਵੀ ਜਿੱਥੇ ਜਾ ਕੇ ਸੌਂ ਜਾਂਦਾ ਹਣਾ ਵੀ ਸੁੱਖ ਲੈਣਾ ਲੋਕ ਲਹੂ ਬੜਾ ਪੀਂਦੇ ਆ ਰਾਤ ਦਿਨ ਸੌਣ ਹੀ ਨਹੀਂ ਦਿੰਦੇ ਅਰਦਾਸਾਂ ਤੇ ਅਰਦਾਸਾਂ ਤੇ ਕਈ ਵਾਰੀ ਸਿੰਘ ਹੱਸਦੇ ਵੀ ਹੁੰਦੇ ਆ ਵੀ ਕਈ ਤੇ 2 ਵਜੇ ਪ੍ਰਕਾਸ਼ ਕਰਦੇ ਆ ਕਈ 3 ਵਜੇ ਕਰਦੇ ਕਈ 4 ਵਜੇ ਨਿਤਨੇਮ ਸ਼ੁਰੂ ਕਰਦੇ ਤੇ ਕਈ ਤੇ ਸਾਢੇ 12 ਹੀ ਜਕਾਰੇ ਛੜਨ ਲੱਗ ਪੈਂਦੇ ਆ ਵੀ ਕਿ ਰੱਬ ਦੀ ਬੰਦਗੀ ਕਰਦੇ ਕਿ ਰੱਬ ਦਾ ਲਹੂ ਪੀਂਦੇ ਆ ਵੀ ਕਿੱਡਾ ਵੱਡਾ ਰੱਬ ਦਾ ਦੇਲ ਹੋਊਗਾ ਇੰਨੀਆਂ ਅਰਦਾਸਾਂ ਬੇਨਤੀਆਂ ਸੁਣੀ ਜਾਂਦਾ ਸੁਣੀ ਜਾਂਦਾ ਨਹੀਂ ਤੇ ਬੰਦਾ ਆੱਕ ਹੀ ਜਾਂਦਾ ਹੈ ਤਾਂ ਇਹਨਾਂ ਤੋਂ ਫਿਰ ਆਖ ਕੇ ਰੱਬ ਨੇ ਕੋ ਥਾਂ ਰੱਖਿਆ ਹੋਊਗਾ ਨਾ ਰੈਸਟ ਹਾਊਸ ਬਣਾਇਆ ਹੋਊਗਾ ਜਿੱਥੇ ਉਹ ਆਰਾਮ ਕਰਦਾ ਮਹਾਰਿ ਕਹਿੰਦੇ ਨਹੀਂ ਇਦਾਂ ਦੀ ਗੱਲ ਨਹੀਂ ਉਹ ਨਾ ਥੱਕਦਾ ਵਾ ਨਾ ਉੱਕਦਾ ਵਾ ਨਾ ਉਹ ਟੁੱਟਦਾ ਵਾ ਨਾ ਉਹ ਦੁਖੀ ਹੁੰਦਾ ਵਾ ਉਹ ਕਿਦਾਂ ਦਾ ਵਾ ਅਜਾ ਜਿੰਨੇ ਕੋਈ ਖਾਸ ਜਗਾ ਨਹੀਂ ਬਣਾਈ ਕਿਉਂ ਉਹ ਤੇ ਹਰ ਥਾਂ ਤੇ ਬੈਠਾ ਆ ਗਿਆ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਬੜੀ ਸੋਹਣੀ ਕਹਿੰਦੇ ਹੁੰਦੇ ਸੀ ਕਹਿੰਦੇ ਮੱਛੀ ਪਾਣੀ ਚ ਰਹਿੰਦੀ ਹੈ ਤੇ ਮੱਛੀ ਪਾਣੀ ਦੇ ਵਿੱਚ ਯਾਤਰਾ ਕਰਦੀ ਹਜ਼ਾਰਾਂ ਕਿਲੋਮੀਟਰ ਦੂਰ ਜਾ ਸਕਦੀ ਹੈ ਆਪਣੇ ਪਰਿਵਾਰ ਤੋਂ ਦੂਰ ਜਾ ਸਕਦੀ ਆ ਆਪਣੀ ਥਾਂ ਤੋਂ ਦੂਰ ਜਾ ਸਕਦੀ ਪਰ ਮੱਛੀ ਪਾਣੀ ਤੋਂ ਦੂਰ ਨਹੀਂ ਹੋ ਸਕਦੀ ਰਹਿੰਦੀ ਪਾਣੀ ਜੀ ਇਸੇ ਤਰ੍ਹਾਂ ਬੰਦਾ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਅਮਰੀਕਾ ਚਲੇ ਗਿਆ ਕੈਨੇਡਾ ਚਲੇ ਗਿਆ ਆਪਣੇ ਘਰ ਤੋਂ ਦੂਰ ਚਲੇ ਗਿਆ ਪਰ ਰੱਬ ਤੋਂ ਦੂਰ ਨਹੀਂ ਜਾ ਸਕਦਾ ਕਿਉਂ ਰੱਬ ਹਰ ਥਾਂ ਤੇ ਤੂੰ ਸਭਨੀ ਥਾਈ ਜਿੱਥੇ ਹਾਂ ਜਾਈ ਸਾਚਾ ਸਿਰਜਣਹਾਰ ਜੀ ਕਾ ਕਿੱਡੀ ਵੱਡੀ ਮੂਰਖਤਾ ਹੋਵੇਗੀ ਵੀ ਰੱਬ ਕੌਣ ਰੱਬ ਜਿਵੇਂ ਮੱਛੀ ਕਵੇ ਕੌਣ ਪਾਣੀ ਤਾਂ ਮਹਾਰਾ ਜੀ ਕਹਿੰਦੇ ਤੇਰਾ ਕੋਈ ਖਾਸ ਥਾਂ ਨਹੀਂ ਵੀ ਫਲਾਣੇ ਥਾਂ ਤੇ ਹੀ ਤੂੰ ਬੈਠਾ ਹੈ ਤੂੰ ਤੇ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ ਅਨੰਤ ਹੈ ਮਹੰਤ ਹੈ ਏ ਅਕਾਲ ਪੁਰਖ ਤੂੰ ਅਨੰਤ ਅੰਤ ਤੋਂ ਰਹਿਤ ਮਹੰਤ ਪੂਜਨੀਕ ਸਭ ਤੋਂ ਵੱਡਾ ਸਭ ਜਗਤ ਭਗਤ ਮਹੰਤ ਸਭ ਤੋਂ ਵੱਡਾ ਪੂਜਨੀਕ ਹੈ। ਅਲੀਕ ਹੈ। ਨਿਰਸਰੀਕ ਹੈ। ਲੀਕ ਕਹਿੰਦੇ ਨੇ ਕਲੰਕ ਨੂੰ। हे अकाल पुरख तू लीक तो कलंक आद दोषਾਂ ਤੋਂ निश्ਕਲੰਕ ਹੈ। ਤੇ ਗੁਰਬਾਣੀ ਵਿੱਚ ਇਹ ਵੀ ਲਿਖਿਆ ਗਿਆਨ ਪਰਪੋਚ ਅਰਦਾਸ ਲਿਖੀ ਬਹੁਤ ਸੋਹਣੀ। ਕੋਲ ਕਲੰਕ ਕਰਹੀਨ ਕਿਰਪਾ ਸਾਗਰ ਕਰਣਾਕਰ ਜਦੋਂ ਆਪਾਂ ਅਰਦਾਸ ਬੇਤੀ ਕਰਦੇ ਨਾ ਵੀ ਕਿਸੇ ਪਰਿਵਾਰ 'ਚ ਕੋਈ ਐਬ ਲੱਗ ਗਿਆ, ਕਲੰਕ ਲੱਗ ਗਿਆ, ਕੋਈ ਨਸ਼ਾ ਲੱਗ ਗਿਆ, ਕੋਈ ਬਿਮਾਰੀ ਲੱਗ ਗਈ। ਤੇ ਫਿਰ ਕਿਹੜੀ ਅਰਦਾਸ ਕਰਨੀ ਚਾਹੀਦੀ ਤਾਂ ਗਿਆਨ ਪ੍ਰਬੋਧ ਚ ਮਹਾਰਾਜ 10ਵੇਂ ਪਾਤਸ਼ਾਹ ਲਿਖਦੇ, "ਕੁਲ ਕਲੰਕ ਕਰਹੀਨ ਕਿਰਪਾ ਸਾਗਰ ਕਰਣਾ ਕਰ, ਕਰਨ ਕਰਣ ਸਮਰਾਥ ਕਿਰਪਾ ਕੀ ਸੂਰਤਿ ਕਰੇ ਤਤਾਰ।" ਇਹ ਦੋ ਪੰਕਤੀਆਂ ਪੜ੍ਹਨੀਆਂ ਚਾਹੀਦੀਆਂ। ਜਾਂ ਲੀਕ ਦਾ ਅਰਥ ਹੁੰਦਾ ਰੇਖਾ, ਚਿੰਨ ਹੱਥਾਂ ਦੀਆਂ ਲੀਕਾਂ, ਮੱਥੇ ਦੀਆਂ ਲਕੀਰਾਂ। ਪੈਰਾਂ ਦੇ ਥੱਲੇ ਚਿੰਨ ਬਣੇ ਹੁੰਦੇ ਨਾ ਜਿੱਤੋਂ ਪਤਾ ਲੱਗਦਾ ਜੋਤਿਿਸ ਮੁਤਾਬਕੇ ਸੰਤ ਸਾਧੂ ਅਵਤਾਰ ਇਦਾਂ ਦੀਆਂ ਲੀਕਾਂ ਤੋਂ ਉਹ ਵਾਹਿਗੁਰੂ ਪਰਮੇਸ਼ਰ ਆ ਰਹਿਤ ਹੈ ਜਾਂ ਲੀਕ ਮੈਨੇ ਕਿਸੇ ਚੀਜ਼ ਨੂੰ ਲੀਕਣਾ ਉਲੀਕ ਚਿੱਤਰਿਤ ਕਰਨਾ ਫੋਟੋ ਬਣਾਉਣੀ ਇਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਕੋਈ ਚਿੱਤਰਿਤ ਨਹੀਂ ਕਰ ਸਕਦਾ ਹੈ ਜਾਂ ਫਿਰ ਇੱਕ ਅਰਥ ਸਿਰਫ ਅਰਥ ਕਰਨ ਲੱਗਿਆ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਪਾਠ ਹੀ ਬਦਲ ਦੇ ਅਲੀਕ ਹੈ ਜਿਹੜਾ ਕੱਕਾ ਉਹ ਗਾਂ ਲੈ ਜੋ ਅਰਥ ਕਰਨ ਲੱਗਿਆ ਬਸ ਤੇ ਕੀ ਬਣਿਆ ਅਲੀਕ ਹੈ ਅਲੀ ਕਿਨੂੰ ਕਹਿੰਦੇ ਸਖੀ ਨੂੰ ਸਹਿਲੀ ਨੂੰ ਕਾਹੇ ਮੈਨੇ ਕਹਿਣਾ ਜੇਸ ਪ੍ਰਮਾਤਮਾ ਨੂੰ ਮਹਾਤਮਾ ਰੂਪ ਸਖੀਆਂ ਕਹਿੰਦੀਆਂ ਨੇ ਅਲੀ ਮੈਨੇ ਸਖੀ ਸਹਿਲੀ ਉਸਤਤ ਕਰਦੀਆਂ ਨੇ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨਕ ਜਨ ਲੰਬੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲਿਓ ਉਹਨੂੰ ਕੀ ਕਹਿੰਦੇ ਅਲੀ ਕਹੈ ਸਿਰਫ ਅਰਥ ਕਰਨ ਲੱਗਿਆ ਪਾੜ ਤੇ ਆਲੀਕ ਨਿਰ ਸਰੀਕ ਹੈ ਹੁਣ ਆ ਜਿਹੜਾ ਸਰੀਕ ਸ਼ਬਦ ਆਪਣੇ ਚ ਬੜਾ ਚੱਲਦਾ ਇਹ ਪੰਜਾਬੀ ਦਾ ਨਹੀਂ ਇਹ ਅਰਬੀ ਦਾ ਵਾ ਆਪਣੇ ਚੱਲਦਾ ਨਾ ਰੱਬ ਸ਼ਬਦ ਵੀ ਇਹ ਆਪਣਾ ਨਹੀਂ ਭਾਸ਼ਾ ਆਪਣੀ ਦਾ ਨਹੀਂ ਇਹ ਵੀ ਅਰਬੀ ਦਾ ਸ਼ਰੀਕ ਅਰਬੀ ਦਾ ਸ਼ਬਦ ਤੇ ਜਿਹਦਾ ਮਤਲਬ ਹੁੰਦਾ ਵਾ ਸ਼ਿਰਕ ਮੈਨੇ ਹਿੱਸਾ ਰੱਖਣ ਵਾਲਾ ਹਿੱਸੇਦਾਰ ਵੀ ਮੇਰਾ ਬਰਾਬਰ ਦਾ ਹਿਸਾਬ ਸ਼ਿਰਕ ਤੋਂ ਕੀ ਬਣਿਆ ਸ਼ਰੀਕ ਹਿੱਸਾ ਰੱਖਣ ਵਾਲਾ ਕੀ ਵਾਹਿਗੁਰੂ ਪਰਮੇਸ਼ਰ ਦਾ ਵੀ ਕੋਈ ਸ਼ਰੀਕ ਆ ਉਹਦੇ ਬਰਾਬਰ ਵਾਲਾ ਹੈ ਤਾਂ ਮਾਰੇ ਕਹਿੰਦੇ ਨਹੀਂ ਇਹ ਅਕਾਲ ਪੁਰਖ ਤੂੰ ਸ਼ਰੀਕੇ ਆਤ ਰਹਿਤ ਹੈ ਜਾਂ ਫਿਰ ਇਕ ਅਰਥ ਸਿਰਫ ਅਰਥ ਕਰਨ ਲੱਗਿਆਂ ਨਿਰ ਸ੍ਰੀਕ ਹੈ ਨਿਰ ਸ੍ਰੀਕ ਦਾ ਅਰਥ ਕੀ ਕਰਨਾ ਨਿਰ ਸਰੀ ਕਹੈ ਤਿੰਨ ਸਿਆਚੇ ਇਹਨੂੰ ਸ਼ਬਦ ਨੂੰ ਵਰਤਣਾ ਨਿਰ ਸਰੀ ਕਹੈ ਏ ਅਕਾਲ ਪੁਰਖ ਨਿਰ ਮੈਨੇ ਨਿਰੀ ਸਰੀ ਮੈਨੇ ਸ੍ਰੀ ਸੋਭਾ ਉਸਤਤ ਕਹੈ ਤੇਰੇ ਭਗਤ ਸਿਰਫ ਤੇ ਸਿਰਫ ਤੇਰੀ ਸੋਭਾ ਹੀ ਕਹਿੰਦੇ ਤੇਰੀ ਉਸਤਤ ਕਰਦੇ ਨੇ ਤੇਰੀ ਵਡਿਆਈ ਹੀ ਕਰਦੇ ਹਾਂ ਨਿਰਲੰਭ ਹੈ ਅਸੰਭ ਹੈ ਏ ਅਕਾਲਪੁਰਖ ਤੂੰ અત્યੰਤ ਨਿਰਲੰਭ ਦੁਰਲੱਭ ਹੈ ਤੂੰ ਸੌਖਾ ਨਹੀਂ ਲੱਭਦਾ ਗੋਬਿੰਦ ਠਾਕੁਰਨ ਮਿਲਨ ਦੁਰਾਈ ਤੈਨੂੰ ਮਿਲਣਾ ਬਹੁਤ ਔਖਾ ਹੈ ਇਹ ਨਹੀਂ ਵੀ ਤੂੰ ਹਰੇਕ ਨੂੰ ਹੀ ਮਿਲ ਪੈਣਾ ਹੈ ਅੱਗੇ ਕਥਾ ਆਵੇਗੀ ਸਮਾਪਤੀ ਕਰਨੀ ਹੈ ਜਾਂ ਨਿਰਲੰਭ ਮੈਨੇ ਆਸਰੇ ਲੰਭ ਮੈਨੇ ਆਸਰਾ ਇਹ ਸੱਚੇ ਪਾਤਸ਼ਾਹ ਤੂੰ ਆਸਰੇ ਤੂੰ ਰਹਿਤ ਤੈਨੂੰ ਕਿਸੇ ਪ੍ਰਕਾਰ ਦੇ ਆਸਰੇ ਦੀ ਜ਼ਰੂਰਤ ਨਹੀਂ ਆ ਕੇਤੇ ਮਹਾਦੀਨ ਕੇਤੇ ਵਿਆਸੇ ਪ੍ਰਵੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਈਤ ਹੈ ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਈਤ ਹੈ ਨਿਰਾਧਾਰ ਨਿਰਲੰਭ ਜਿਹਨੂੰ ਆਸਰੇ ਦੀ ਲੋੜ ਨਹੀਂ ਜਾਂ ਫਿਰ ਅਸੰਭ ਹੈ ਅਸੰਭ ਦਾ ਅਰਥ ਕੀ ਹੁੰਦਾ ਸੰਭਾਲਣਾ ਸੰਭ ਮੈਨੇ ਸੰਭਾਲਣਾ ਬਟੋ ਰੱਖਣਾ ਸੁਰੱਖਤ ਕਰਨਾ ਜਾਂ ਫਿਰ ਸੰਭ ਦਾ ਅਰਥ ਹੁੰਦਾ ਜਨਮ ਆਦਿਕ ਸੰਗਿਆ ਮੈਨੇ ਹੂੰਦ ਹੋਣਾ ਮੈਨੇ ਜਨਮ ਉਤਪਤੀ हे ਅਕਾਲ ਪੁਰਖ ਤੂੰ ਸੰਭ ਤੋ ਆ ਮੈਨੇ ਜਨਮ ਆਦਤੋ ਰਹਿਤ ਹੈ ਜਾਂ हे ਅਕਾਲ ਪੁਰਖ ਤੂੰ ਹਰ ਇੱਕ ਤੋ ਸੰਭ ਸੰਭਾਲਿਆ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਨਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਤੇਰਾ ਤੇਜ ਕੋਈ ਸੁਭਾਲ ਹੀ ਨਹੀਂ ਸਕਦਾ ਜਿਹੜਾ ਅਜਾਰ ਨੂੰ ਜਰ ਲਵੇ ਉਹਨੂੰ ਤੇਰੀ ਪ੍ਰਾਪਤੀ ਹੁੰਦੀ ਆ ਹੋਰ ਕਿਸੇ ਨੂੰ ਤੇਰੀ ਪ੍ਰਾਪਤੀ ਨਹੀਂ ਹੁੰਦੀ ਉਹਦਾ ਤੇਜ ਸਾਂਭਣਾ ਜਰਨਾ ਬਹੁਤ ਔਖਾ ਹੈ ਮਾਰਾ ਕਹਿੰਦੇ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਮਾਨੀਏ ਉਦਾਹਰਨ ਦੇ ਤੌਰ ਤੇ ਇੱਕ ਸਾਖੀ ਕਹਿ ਕੇ ਸਮਾਪਤੀ ਕਰੀਏ ਸਮਾ ਪੂਰਾ ਹੋ ਗਿਆ موسی ਪੈਗੰਬਰ ਜੀ ਯਹੂਤਿਆਂ ਦੇ ਪੈਗੰਬਰ ਹੋਏ ਨੇ ਪੈਗੰਬਰ ਦਾ ਅਰਥ ਹੁੰਦਾ ਜਿਹੜਾ ਪੈਗਾਮ ਲੈ ਕੇ ਆਵੇ ਵਾਹਿਗੁਰੂ ਦਾ ਸੰਦੇਸ਼ ਦਵੇ ਹੁਕਮ ਦਵੇ ਇਹਨਾਂ ਦਾ ਜਨਮ ਅਫਰੀਕਾ ਮਹਾਦੀਪ ਦੇ ਉੱਤਰ ਪੂਰਬਾ ਲਾਲ ਸਾਗਰ ਦੇ ਕਿਨਾਰੇ ਮਿਸਰ ਦੇਸ਼ 'ਚ ਹੋਇਆ ਇਹ ਮਿਸਰ ਦੇਸ਼ ਦੇ ਸੀ ਜਿਨ੍ਹਾਂ ਨੂੰ موسی ਪੈਗੰਬਰ ਇੰਗਲਿਸ਼ ਜਿਹਨੂੰ ਮੋਸਾਇਕੋ ਕਹ ਦਿੰਦੇ ਨਾ موسی ਜੀ ਪੈਗੰਬਰ ਸਾਹਿਬ ਹੋਏ ਤੇ ਜਿਹੜਾ ਮਿਸਰ ਦਾ ਰਾਜਾ ਸੀ ਉਹਦੀ ਉਪਾਧੀ ਸੀ ਫੈਰਵਾ ਜਿਹਨੂੰ ਫਰੂਨ ਕਹ ਦਿੰਦੇ ਨਾ ਖੁਦਾ ਦਾ ਸਰਾਫਿਆ ਹੋਇਆ ਜਿਹਨੂੰ ਖੁਦਾ ਦਾ ਕੀ ਸਰਾਫ ਹੋਇਆ ਸੀ ਤੇਰੀ ਲਾਸ਼ ਨਹੀਂ ਗਲੂਗੀ ਅੱਜ ਵੀ ਪਈ ਹੈ ਉਹਦੇ ਵਿੱਚੋਂ ਹੀ ਮਾਸ ਪੈਦਾ ਹੁੰਦਾ ਮਿੱਟੀ ਪੈਦਾ ਹੁੰਦੀ ਉਡਾਂ ਦੀ ਬਣੀ ਰਹਿੰਦੀ ਹੈ ਰੋਜ਼ ਸੜਦੀ ਆ ਹਜ਼ਾਰਾਂ ਸਾਲ ਹੋ ਗਏ ਪਰ ਵਿੱਚੋਂ ਹੀ ਉਹਦੇ ਕੁਝ ਇਹੋ ਜਿਹੇ ਕੈਮੀਕਲ ਪੈਦਾ ਹੁੰਦਾ ਵੀ ਉਦਾਂ ਹੀ ਬਣੀ ਰਹਿੰਦੀ। ਉਹਨੇ ਆਪਣੇ ਆਪ ਨੂੰ ਰੱਬ ਖਵਾਇਆ ਸੀ ਨਾ। ਤੇ ਮਹਾਰਾਜ ਨੇ ਆਖਿਆ ਸੀ ਵੀ ਰੱਬ ਨਾ ਹੀ ਬਣ ਤੇ ਚੰਗਾ ਹੈ। ਪਰ ਬੰਦਾ ਅੰਨਾ ਹੋ ਜਾਂਦਾ ਵੀ ਮੈਂ ਰਾਜਾ ਵਾਂ ਬਾਦਸ਼ਾਹ ਵਾਂ। ਉਹ ਕਿਸੇ ਨੂੰ ਕੀ ਸਮਝਦਾ ਹੈ? ਤਾਂ ਉਹਨੇ ਰੱਬ ਖਵਾਇਆ, ਖੁਦਾ ਦਾਨੂ ਸ਼ਰਾਫ ਹੋਇਆ। ਅੱਜ ਵੀ ਉਹਦਾ ਸਰੀਰ ਪਿਆ ਹੈ ਉਸੇ ਤਰ੍ਹਾਂ। ਹਜ਼ਾਰਾਂ ਸਾਲ। ਤਾਂ ਉਹ ਜਿਹੜਾ ਫੈਰਵਾ ਫਰੂਨ ਸੀ ਉਹ ਉਹਦਾ ਤਕल्लੁਸ ਸੀ ਉਸ ਨੇ ਇੱਕ ਸਮੇਂ ਯਹੂਦੀ ਯਾਤ ਨੂੰ ਆਪਣਾ ਗੁਲਾਮ ਬਣਾ ਲਿਆ ਤੇ ਗੁਲਾਮਾਂ ਦੇ ਘਰ موسی ਜੀ ਪੈਦਾ ਹੋਇਆ موسی ਰੱਬ ਦਾ ਭਗਤ ਸੀ ਚਲੋ ਇਹ ਸਾਖੀ ਤੇ ਬੜੀ ਲੰਮੀ ਐ ਫਰੂਨ ਦੇ ਨਾਲ ਜੋ ਉਹਨਾਂ ਦੀ ਘਟਨਾ ਹੋਈ ਬੜਾ ਕੁਝ ਹੋਇਆ ਚਮਤਕਾਰ ਦਿਖਾਏ ਕਰਾਮਾਤਾਂ ਦਿਖਾਈਆਂ ਉਹਨੂੰ ਪ੍ਰਭਾਵਿਤ ਕੀਤਾ ਤਾਂ ਜਦੋਂ ਇਹ ਆਪਣੀ ਯਹੂਦੀ ਕੌਮ ਨੂੰ ਨਾਲ ਲੈ ਕੇ ਤੁਰੇ ਰੱਬ ਨੇ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਸੀ ਥਾਂ ਦਿੱਤਾ ਸੀ ਦਿਨੋਂ ਫਿਲਸਤੀਨ ਕਹਿੰਦੇ ਨਾ ਇਹ ਰੱਬ ਦੀ ਦਿੱਤੀ ਜਗ੍ਹਾ ਸੀ ਇਹਨਾਂ ਕੋਲ ਵੀ ਤੁਸੀਂ ਉਹ ਜਗ੍ਹਾ ਤੇ ਚਲੇ ਜਾਓ ਲਾਲ ਸਾਗਰ ਪਾਰ ਕਰਕੇ ਹੁਣ ਅੱਗੇ ਆ ਗਿਆ ਸਮੁੰਦਰ ਲਾਲ ਸਾਗਰ ਪਾਰ ਕਿੱਦਾਂ ਕਰੀਏ ਤਾਂ ਖੁਦਾ ਨੇ ਇੱਕ ਡੰਡਾ ਦਿੱਤਾ ਉਹ ਡੰਡੇ ਨੂੰ ਜਦੋਂ ਪਾਣੀ ਨਾਲ ਛੁਹਾਇਆ ਤੇ ਪਾਣੀ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਵੇਚ ਦੀ ਰਾਹ ਬਣ ਗਿਆ ਸੀ ਤੇ ਇਹ ਆਪਣੀ ਕੌਮ ਨੂੰ ਲੈ ਕੇ ਫਿਲਸਤੀਨ ਪਹੁੰਚੇ ਸਨ ਉੱਥੇ ਫਿਰ ਇਹਨਾਂ ਨੇ ਅੱਜ ਵੀ ਜਿਹੜੀ ਯਹੂਦੀ ਕੌਮ ਹੈ ਸਭ ਤੋਂ ਵੱਧ ਅਮੀਰ ਗਿਣਤੀ 'ਚ ਘੱਟ ਸਭ ਤੋਂ ਵੱਧ ਅਮੀਰ ਤੇ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਯਹੂਦੀ ਕੌਮ ਹੈ ਇਹਨਾਂ ਪੜ੍ਹਨ ਦੇ باوجود ਜਦੋਂ ਇਹਨਾਂ ਦੇ ਘਰ ਕਿਸ ਬੱਚੇ ਨੇ ਜਨਮ ਲੈਣਾ ਹੁੰਦਾ ਆਪਣੀਆਂ ਮਾਈਆਂ ਨੂੰ ਨਾਟਕ ਨਹੀਂ ਵੇਂਦੇ ਰਹਿੰਦੀਆਂ ਵੀ ਸਾਸ ਵੀ ਕਬੀ ਬਹੂ ਹੁੰਦੀ ਥੀ ਵੀ ਇਹ ਕਿਹੜੀ ਗੱਲ ਵੇਖਣ ਆਲੀ ਐ ਜਿਹੜੀ ਬਹੂ ਆ ਉਹਨੇ ਸੱਸ ਤੇ ਬਣਨਾ ਹੀ ਬਣਨਾ ਇੱਕ ਦਿਨ ਇਹ ਕਿੱਡੀ ਗੱਲ ਸੀ ਵੀ ਵੇਖਣ ਆਲੀ ਜਿਹੜੀ ਸੁਣੀ ਨਹੀਂ ਸੀ ਜਾਂ ਕਦੇ ਪੜ੍ਹੀ ਨਹੀਂ ਸੀ ਜਾਂ ਕਦੇ ਦਿਮਾਗ 'ਚ ਨਹੀਂ ਸੀ ਆਈ ਇਹ ਨਾਟਕ ਵੇਂਦੀਆਂ ਰਹਿੰਦੀਆਂ ਯਹੂਦੀਆਂ ਦੀਆਂ ਘਰ ਵਾਲੀਆਂ ਕੀ ਕਰਦੀਆਂ ਨੇ ਜਦੋਂ ਇਹਨਾਂ ਦੇ ਬੱਚਾ ਹੋਣ ਆਲਾ ਹੁੰਦਾ ਮੈਥ ਦੀ ਕਿਤਾਬ ਲੈ ਲੈ ਲੈਂਦੀਆਂ ਤੇ ਸਵਾਲਾਂ ਦੇ ਜਵਾਬ ਕਰਦੀਆਂ ਰਹਿੰਦੀਆਂ ਔਖੇ ਤੋਂ ਔਖੇ ਸਵਾਲ ਦਾ ਜਵਾਬ ਇਹ ਮੰਦੀਆਂ ਨੇ ਵੀ ਜਿਹੜਾ ਗਰਭ ਦੇ ਵਿੱਚ ਬੱਚਾ ਉਨਾ ਹੀ ਤੇਜ ਤਰਾਰ ਤੇ ਪੜ੍ਹਾਈ 'ਚ ਹੁਸ਼ਿਆਰ ਜਾਂਦਾ ਬਾਅਦ ਦੇ ਵਿੱਚ ਵੀ ਗਰਭ ਤੇ ਇਨਾ ਅਸਰ ਪੈਂਦਾ ਮਾਂ ਦੇ ਮਾਂ ਜੋ ਕਰਦੀ ਏ ਤੇ ਆ ਗੁਰਬਾਣੀ ਨੇ ਵੀ ਮੰਨਿਆ ਤੇ ਸੰਤ ਵੀ ਕਹਿੰਦੇ ਹੁੰਦੇ ਸੀ ਵੀ ਜਦੋਂ ਗਰਭ ਦੇ ਵਿੱਚ ਬੱਚਾ ਹੋਵੇ ਬਾਣੀ ਪੜੋ ਸ਼ਹੀਦਾਂ ਦੇ ਚਿੱਤਰਾਂ ਦੇ ਦਰਸ਼ਨ ਕਰੋ ਰੱਬ ਦੀ ਗੱਲ ਕੰਨਾਂ ਨਾਲ ਸੁਣੋ ਤਾਂ ਇਹ ਸਭ ਤੋਂ ਪੜੀ ਲਿਖੀ ਕੌਮ ਤੇ ਸਭ ਤੋਂ ਅਮੀਰ ਕੌਮ ਕੀ ਆ ਯਹੂਦੀ ਤੇ ਇਹ ਘਟਨਾ ਉਹ ਬੜੇ ਪ੍ਰੇਮ ਨਾਲ ਪੜ ਕੇ ਸੁਣਾਉਂਦੇ ਆ ਬੜੀਆਂ ਵੀਡੀਓ ਬਣੀਆਂ ਫਿਲਮਾਂ ਬਣੀਆਂ ਤੁਸੀਂ ਦੇਖ ਸਕਦੇ ਯਹੂਦੀ ਕੌਮ ਹੁੰਤੇ موسی ਜੀ ਉੱਤੇ ਤੇ ਅੱਜ ਵੀ ਇਹਨੂੰ ਸ਼ਰਧਾ ਨਾਲ ਮੰਨਦੇ ਆ ਹੁਣ ਸਾਡੇ ਆਲੇ ਨਿੱਕੀ ਨਿੱਕੀ ਗੱਲ ਤੇ ਕਿੰਤੂ ਕਰੀ ਜਾਂਦੇ ਹੁਣ ਸਾਖੀ ਕੀ ਕਹਿੰਦੀ ਆ ਵੀ ਰੱਬ ਨੇ ਇੱਕ ਡੰਡਾ ਦਿੱਤਾ ਤੇ ਸਮੁੰਦਰ ਪਾੜਤਾ ਸੀ ਵੇਚ ਦੀ ਰਾਹ ਬਣਾ ਕੇ ਲੰਗੇ ਸੀ ਦੋਵੇਂ ਬੰਨੇ ਪਾਣੀ ਹੋ ਗਿਆ ਤੇ ਮੰਦੇ ਆ ਤੇ ਸਾਡੇ ਵਾਲੇ ਕੀ ਕਰਦੇ ਆ ਇਹ ਨਿੱਕੀ ਨਿੱਕੀ ਗਾਲਤਈ ਮਹਾਰਾਜ ਨੇ ਪੰਜਾ ਕਿਦਾਂ ਲਾਤਾ ਇਹ ਤੇ ਤੰਬੂ ਪਿਛੇ ਲੜੀ ਜਾਂਦੇ ਆ ਪੰਜਾ ਪਿਆਰਿਆਂ ਦੇ ਹਰ ਸਾਲ ਆਪਾਂ ਵਿਸਾਖੀ ਤੇ ਕਥਾ ਸੁਣਾਉਣੀ ਹੁੰਦੀ ਤੇ ਹਰ ਸਾਲ ਲੜਨਾ ਹੁੰਦਾ ਵਿਚਾਰਾ ਰਾਈ ਵੀ ਬੱਕਰੇ ਵੱਡੇ ਸੀ ਕੇ ਸਿਰ ਵੱਡੇ ਸੀ ਇਹ ਤੇ ਇੱਥੇ ਹੀ ਬੈਠੇ ਉਦੋਂ ਦੇ ਤੇ ਇੰਨੀ ਅਮੀਰ ਕੌਮ ਇੰਨੀ ਪੜ੍ਹੀ ਲਿਖੀ ਕੌਮ ਪਰ ਆਪਦੇ ਪੈਗੰਬਰ ਤੇ ਕਿੰਤੂ ਪਰੰਤੂ ਨਹੀਂ ਕੋਈ ਸਮੁੰਦਰ ਨੇ ਉਹਨਾਂ ਨੂੰ ਰਾਹ ਦਿੱਤਾ ਜੀ ਉਹ ਜਿਹੜੀ ਜਗ੍ਹਾ ਤੇ ਪਹੁੰਚੇ ਉਹਦਾ ਨਾਂ ਜੇ ਮੈਂ ਗਲਤ ਨਾਂ ਲਾਵਾਂ ਤੇ ਫਿਲਸਤੀਨ ਜਿਹੜਾ ਇਹਨਾਂ ਦਾ ਰਾਜ ਭਾਗ ਮਿਲਿਆ ਉੱਥੇ ਮੰਦਰ ਬਣਾਇਆ ਫਿਰ ਇਹਨਾਂ ਨੂੰ ਧੁਰਦੀ ਬਾਣੀ ਆਈ ਤਾਂ ਧੁਰ ਕੀ ਬਾਣੀ ਅਨਸਾਰ ਫਿਰ ਇਹਨਾਂ ਨੇ ਆਪ ਦੇ ਵਿਚਾਰ ਲਿਖੇ ਆਪਣੀ ਕੌਮ ਵਾਸਤੇ ਮਰਿਆਦਾ ਬਣੀਆਂ ਉੱਥੇ ਮੰਦਰ ਬਣਾਇਆ ਤੇ ਮੰਦਰ ਵਿੱਚ ਉਹਨਾਂ ਨੇ ਖੁਦਾ ਦੀ ਤਪੱਸਿਆ ਸ਼ੁਰੂ ਕਰਾਈ ਨੀਮ ਦੱਸੇ ਮਰਿਆਦਾ ਦਸੀਆਂ ਤੇ ਉਹ ਇੱਕ ਦਿਨ ਦੀ ਗੱਲ ਆ ਵੀ ਜਿਹੜੇ ਇਹਨਾਂ ਦੇ ਚੇਲੇ ਸੀ موسی ਜੀ ਕਿਤੇ ਬਾਹਰ ਕੰਮ ਚਲੇ ਗਏ ਉੱਥੇ ਇੱਕ ਬੰਦਾ ਆਇਆ ਜਿਹਦਾ ਨਾਂ ਸੀ ਅਜ਼ਾਜ਼ੀਲ ਜਿਹਨੂੰ ਸ਼ੈਤਾਨ ਕਹਿ ਦਿੰਦੇ ਨੇ ਆਪਾਂ ਕਾਲਿਓ ਕਹਿ ਦਿੰਦੇ ਆ ਉਹਦਾ ਨਾਂ ਸੀ ਅਜ਼ਾਜ਼ੀਲ ਜਿਹਨੂੰ ਸ਼ੈਤਾਨ ਕਿਹਾ ਉਹ ਆਇਆ ਤੇ ਆਣ ਕੇ ਇਹਨਾਂ ਨੂੰ ਚੇਲਿਆਂ ਨੂੰ ਪੁੱਛਦਾ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਜਿੰਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ ਮਿਹਨਤ ਕਰਦੇ ਹੋ ਜਬ ਤੱਕ ਕਰਦੇ ਹੋ ਇਹ ਕਦੀ ਖੁਦਾ ਦੇ ਦਰਸ਼ਨ ਹੋਏ ਤੁਹਾਨੂੰ ਜਾਂ موسی ਜੀ ਨੇ ਕਦੀ ਰੱਬ ਵਿਖਾਇਆ ਤੁਹਾਨੂੰ ਤੇ ਚੇਲਿਆਂ ਦੇ ਗੱਲ ਪੱਲੇ ਪੈ ਗਈ ਵੀ ਰੱਬ ਤੇ ਵੇਖਿਆ ਹੀ ਨਹੀਂ ਕਦੀ ਨਾਂ ਵਿਖਾਇਆ ਆਜ਼ਾਜ਼ੀਲ ਕਹਿੰਦਾ ਜਦੋਂ ਹੋਂ ਆਇਆ ਨਾ ਫਿਰ ਆਗ ਹੀ ਲਾਉਣੀ ਸੀ ਉਹਨੇ ਜਦੋਂ ਹੋਂ ਆਇਆ ਤੇ ਉਹਨੂੰ ਕਿਹਾ ਪਹਿਲਾਂ ਰੱਬ ਵਿਖਾ ਤੇ ਨਹੀਂ ਤੇ ਉਹਨੂੰ ਕਹਿ ਦਿਓ ਅਸੀਂ ਚੱਲੇ ਆਜ਼ਾਜ਼ੀਲ ਨਾਲ ਇਦਾਂ ਕਹਿ ਕੇ ਆਪ ਖਿਸਕ ਗਿਆ موسی ਸਾਹਿਬ ਆਏ ਉਹਨਾਂ ਵੇਖਿਆ ਵੀ ਇਹਨਾਂ ਬੰਦਗੀ ਛੱਡ ਦਿੱਤੀ ਐ ਤੇ ਜਦੋਂ ਗੱਲਬਾਤ ਹੋਈ ਤਾਂ موسی ਸਾਹਿਬ ਸਮਝ ਗਏ ਵੀ ਇਹ ਆਜ਼ਾਜ਼ੀਲ ਤੇ ਸ਼ੈਤਾਨ ਆ ਪਰ ਇਹਨਾਂ ਨੂੰ ਵਿਗਾੜ ਗਿਆ ਇਸੇ ਕਰਕੇ ਕਹਿੰਦੇ ਨਾ ਨਾਸਤਿਕ ਬੰਦੇ ਦੀ ਗੱਲ ਵੀ ਨਹੀਂ ਸੁਣਨੀ ਚਾਹੀਦੀ ਨਹੀਂ ਤੇ ਸ਼ਰਧਾ ਟੁੱਟੂਗੀ ਰੱਬ ਤੋਂ ਤਾਂ ਹੋਇਆ ਕਿ ਉਹ ਮਹਾਰਾਜ ਸੋਚੀ ਪਏਗੇ ਤੇ ਖੁਦਾ ਨੂੰ ਬੇਨਤੀ ਕੀਤੀ ਕਿ ਮੇਰੇ ਚੇਲਿਆਂ ਨੂੰ ਦਰਸ਼ਨ ਦਿਓ ਉਹ ਮਹਾਰਾਜ ਨੇ ਕਹਿੰਦੇ ਖੁਦਾ ਨੇ ਆਖਿਆ ਪਰਮੇਸ਼ਰ ਨੇ ਆਖਿਆ ਵਾਹਿਗੁਰੂ ਨੇ ਆਖਿਆ ਜੇ ਕਾਬਲ ਨਹੀਂ ਹੋਏ ਅੱਜ ਇਹਨਾਂ ਦੀ ਬੰਦਗੀ ਇੰਨੀ ਨਹੀਂ ਆ ਵੀ ਮੇਰੇ ਤੇਜ ਪ੍ਰਤਾਪ ਨੂੰ ਸੰਭਾਲ ਲੈਣ ਪਰ ਹਜ਼ਰਤ ਸਾਹਿਬ ਕਹਿਣ ਲੱਗੇ ਜੀ ਹੁਣ ਮੈਂ ਕੀ ਕਰਾਂ ਉਹ ਪੁੱਠੀ ਪੱਟੀ ਪੜਾ ਗਿਆ ਕਹਿੰਦੇ ਨਹੀਂ ਤੇ ਅਸੀਂ ਰੱਬ ਨੂੰ ਨਹੀਂ ਮੰਨਦੇ ਆ ਰੱਬ ਵਖਾ ਤਾਂ ਖੁਦਾ ਨੇ ਆਖਿਆ ਫਿਰ ਬੰਦੋਬਸਤ ਕਰੋ ਫਿਰ ਵੀ ਦਰਸ਼ਨ ਦਊਂਗਾ ਪਰ ਕੋਈ ਚੱਲਣ ਦਾ ਤਰੀਕਾ ਲੱਭ ਲਓ ਵੀ ਨੁਕਸਾਨ ਨਾ ਹੋਵੇ ਤੇਰੇ ਚੇਲਿਆਂ ਦਾ ਤਾਂ ਜੀ ਸੱਤ ਧਾਤਾਂ ਦੇ ਸੱਤ ਤਵੇ ਬਣਾਏ ਬਹੁਤ ਮੋਟੇ ਇੱਕ ਤਵਾ ਉਹਦੇ ਪਿੱਛੇ ਦੂਜਾ ਤਵਾ ਤੀਜਾ ਵੀ ਖੁਦਾ ਦਾ ਤੇਜ ਚੱਲਿਆ ਜਾਵੇ ਪ੍ਰਕਾਸ਼ ਚੱਲਿਆ ਜਾਵੇ ਤੇ ਹੁਣ ਜਿਹੜੀ ਸਾਖੀ ਆ ਜਿਹਦੇ ਉੱਤੇ ਯਹੂਦੀ ਲੋਕ ਬਿਲਕੁਲ ਕਿੰਤੂ ਨਹੀਂ ਕਰਦੇ ਸਾਡੇ ਬੰਦੇ ਤੇ ਜਲੂਸ ਕੱਢੀ ਫਿਰਦੇ ਨਾ ਧਰਮਦਾਰੀ ਨਾਲ ਉਹ ਕਹਿੰਦੇ ਵੀ ਸੂਈ ਦੇ ਨੱਕੇ ਜਿੰਨੇ ਛੇਕ ਕੀਤਾ ਸੀ ਸੱਤਾਂ ਧਾਤਾਂ ਚ ਸੂਈ ਦੇ ਨੱਕੇ ਜਿੰਨਾ ਛੇਕ ਕੀਤਾ ਹੋਵੇਗਾ ਜਾਂ ਥੋੜਾ ਬਹੁਤਾ ਵੱਧ ਘਾਟ ਹੋ ਸਕਦਾ ਸਾਖੀ ਮੁਤਾਬਕ ਗ੍ਰੰਥਾਂ ਮੁਤਾਬਕ ਉਹਦੇ ਵਿੱਚ ਦੀ ਖੁਦਾ ਦਾ ਨੂਰ ਵੇਖਣਾ ਸੀ ਪਰ ਜਦੋਂ ਉਹ ਖੁਦਾ ਦਾ ਨੂਰ ਪ੍ਰਗਟ ਹੋਇਆ ਤੇ ਇੱਕ ਜਗ੍ਹਾ ਦਿੱਤੀ ਖੁਦਾ ਨੇ ਵੀ ਫਲਾਨੇ ਪਹਾੜ ਤੇ ਆਜੋ ਉਹ ਸੀ ਤੂਰ ਉਹ ਪਹਾੜ ਦਾ ਨਾਂ ਨਹੀਂ ਉਹਨੂੰ ਤੂਰ ਪਹਾੜ ਕਹਿੰਦੇ ਤਾਂ ਉੱਥੇ ਉਹ ਤਵੇ ਲਾ ਕੇ ਜਿੱਥੇ ਖੁਦਾ ਨੇ ਪ੍ਰਗਟ ਹੋਣਾ ਸੀ ਥਾਂ ਦੱਸਤਾ ਵੀ ਐਸ ਜਗ੍ਹਾ ਪ੍ਰਗਟ ਹੋਊਂਗਾ ਤੇ ਬੰਦੋਬਸਤ ਕਰ ਲਓ ਤੇ ਉਹਨਾਂ ਤਵੇ ਤਵੇ ਲਾ ਲਿਆ ਆਪਦੇ ਪਰ ਜਦੋਂ ਉਹ ਪ੍ਰਗਟ ਹੋਇਆ ਸੀ ਨਾ ਜਿਹਨੂੰ ਆਪਾਂ ਖੁਦਾ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਪਰਮੇਸ਼ਰ ਕਹਿੰਦੇ ਹੋਂਦ ਕਹਿੰਦੇ ਹਸਤੀ ਕਹਿੰਦੇ ਸੱਚ ਕਹਿੰਦੇ ਤਾਂ ਉਹ ਸੱਤ ਤਵੇ ਸਾੜ ਕੇ ਉਹ ਵੇਖਣ ਵਾਲੇ ਚੇਲੇ ਵੀ ਸੜ ਕੇ ਸੁਆਹ ਹੋਏ ਸੀ ਤੇ ਸਾਰਾ ਪਹਾੜ ਵੀ ਸੜ ਕੇ ਸੁਆਹ ਹੋਇਆ ਸੀ ਝੱਲ ਨਹੀਂ ਪਾਏ ਸਿਰਫ ਤੇ ਸਿਰਫ ਹਜ਼ਰਤ موسی ਜੀ ਨੇ ਕੁਝ ਝੱਲਿਆ ਸੀ ਪਰ ਬੇਹੋਸ਼ ਹੋ ਕੇ ਉਹ ਵੀ ਡਿੱਗ ਪਏ ਸਨ ਹੋਰ ਕਿਸੇ ਦੀ ਗੱਲ ਛੱਡੋ ਪੈਗੰਬਰ ਸਾਹਿਬ ਆਪ ਹੀ ਹੋਸ਼ ਹੋ ਕੇ ਡਿੱਗ ਪਿਆ ਤਾਂ ਉਹ ਜਿਹੜਾ ਤੂਰ ਪਹਾੜਾ ਨਾ ਉਹ ਜਦੋਂ ਸੜ ਕੇ ਸੁਆਹ ਆਇਆ ਤੇ ਉਹਦਾ ਫਿਰ ਕਾਲਾ ਜਿਹੜਾ ਸੁਰਮਾ ਵਾ ਉਹ ਸ਼ੁਭ ਜਾਣ ਕੇ ਅੱਖਾਂ 'ਚ ਪਾਇਆ ਜਾਂਦਾ ਹੈ ਇਹ ਸਾਖੀ ਬੜੀ ਪ੍ਰਚਲਿਤ ਤੇ ਬੜੀ ਪ੍ਰਸਿੱਧ ਹੈ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਵੀ ਸੱਜਣਾ ਤੂੰ ਉਹਦੇ ਤੇਜ ਪ੍ਰਕਾਸ਼ ਨੂੰ ਸੰਭ ਮੈਨੇ ਸੰਭਾਲ ਨਹੀਂ ਪਾਉਣਾ ਤੂੰ ਸਹਿ ਨਹੀਂ ਪਾਉਣਾ ਉਹਦੇ ਤੇਜ ਪ੍ਰਕਾਸ਼ ਨੂੰ ਕੋਈ ਵਿਰਲਾ ਹੀ ਸੰਭ ਸੰਭਾਲੇਗਾ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਉਹਨੂੰ ਝੱਲ ਜਾਵੇਗਾ ਜਿੰਨੀ ਕਮਾਈ ਹੋਊਗੀ ਜਿਹਦੀ ਸੇਵਾ ਹੋਊਗੀ ਨਹੀਂ ਤੇ ਉਹਦਾ ਤੇਜ ਪ੍ਰਤਾਪ ਕੋਈ ਵੀ ਝੱਲ ਨਹੀਂ ਸਕਦਾ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਜੀ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ ਤਾਂ ਆਉ ਇੱਥੇ ਹੀ ਕਥਾ ਵਿਚਾਰ ਦੀ ਸੁਆਪਤੀ ਕਰੀਏ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ